ਸਤਿ ਸ਼੍ਰੀ ਅਕਾਲ ਜੀ ਐਂਡ ਅ ਗੁੱਡ ਮਾਰਨਿੰਗ ਟੂ ਆਲ ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਗੱਲ ਕਰ ਲੈਨੇ ਆ ਪੰਜਾਬੀ ਫਿਲਮ ਐਂਡ ਸਟੈਂਡ ਅਪ ਕਾਮੇਡੀ ਦੀ ਪੰਜਾਬੀ ਫਿਲਮ ਤੇ ਸਟੈਂਡ ਅਪ ਕਾਮੇਡੀ ਜਿਹੜੀ ਹੁੰਦੀ ਸੀ ਉਹਨਾਂ ਦੇ ਤੁਰੰਦਰ ਜਿਹੜੇ ਨੇ ਕੋਈ ਸਮਾਂ ਹੁੰਦਾ ਸੀ ਨਾ ਪਹਿਲਾਂ ਦੇ ਸਮੇਂ 'ਚ ਅਸੀਂ ਦੇਖਦੇ ਸੀ ਵੀ ਜਾਂ ਤਾਂ ਦੋ ਗੀਤ ਜਿਹੜੇ ਗੀਤ ਗਾਉਂਦੇ ਸੀ ਗੀਤ ਗਾਣ ਵਾਲੀਆਂ ਜੋੜੀਆਂ ਜਿਹੜੀਆਂ ਸੀ ਉਹ ਬੜੀਆਂ ਫੇਮਸ ਹੋ ਜਾਂਦੀਆਂ ਸੀ ਤੇ ਅਜਿਹੀਆਂ ਜੋੜੀਆਂ ਦੇ ਵਿੱਚ ਕਾਮੇਡੀਅਨ ਵੀ ਹੁੰਦੇ ਸੀਗੇ ਕਾਮੇਡੀ ਦੀਆਂ ਜੋੜੀਆਂ ਵੀ ਅਜਿਹੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬੇਸ਼ੁਮਾਰ ਪਿਆਰ ਜਿਹੜਾ ਉਹ ਦਿੱਤਾ ਜਾਂਦਾ ਸੀ ਲੋਕ ਬਹੁਤ ਪਸੰਦ ਕਰਦੇ ਸੀ ਇਨ੍ਹਾਂ ਹੀ ਜੋੜੀਆਂ ਦੇ ਵਿੱਚੋਂ ਇੱਕ ਜੋੜੀ ਸਾਨੂੰ ਸਾਰਿਆਂ ਨੂੰ ਪਤਾ ਚਾਚੇ ਭਤੀਜ ਦੀ ਜੋੜੀ ਅਸੀਂ ਜਾਣਦੇ ਜਸਵਿੰਦਰ ਭੱਲਾ ਤੇ ਬਾਲਮੁਕੰਦ ਸ਼ਰਮਾ ਛਣਕਾਟਾ ਹਰ ਘਰ ਦੇ ਟੀਵੀ ਦੇ ਉੱਤੇ ਹਮੇਸ਼ਾ ਚੱਲਦਾ ਰਹਿੰਦਾ ਸੀਗਾ ਔਰ ਸਾਰੀ ਦਿਹਾੜੀ ਦਾ ਐਂਟਰਟੇਨਮੈਂਟ ਦਾ ਸਾਧਨ ਸਭ ਤੋਂ ਵੱਡਾ ਹੁੰਦਾ ਸੀ ਛਣਕਾਟਾ ਸੋ ਉਦੋਂ ਤੋਂ ਜੋੜੀ ਜਿਹੜੀ ਆ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਸੀ ਔਰ ਇੰਤਜ਼ਾਰ ਕਰ ਰਹੇ ਹੁੰਦੇ ਸੀ ਲੋਕ ਵੀ ਕਦੋਂ ਛਣਕਾਟੇ ਦੀ ਜੋੜੀ ਆਵੇ ਤੇ ਜਸਵਿੰਦਰ ਪੱਲਾ ਤੇ ਬਾਲਮੁਕੰਦ ਸ਼ਰਮਾ ਦੇ ਜਿਹੜੇ ਉਹ ਤਕਰਾਰਬਾਜ਼ੀ ਆ ਨਾ ਕਾਮੇਡੀ ਵਾਲੀ ਉਹਨਾਂ ਨੂੰ ਦੇਖਣ ਨੂੰ ਤੇ ਸੁਣਨ ਨੂੰ ਮਿਲੇ ਔਰ ਖੈਰ ਅਸੀਂ ਤਾਂ ਵੱਡੇ ਹੀ ਉਹਨਾਂ ਚੀਜ਼ਾਂ ਨੂੰ ਦੇਖ ਦੇ ਕੇ ਹੋਏ ਆ ਸੋ ਉਹ ਜੋੜੀ ਅੱਜ ਵੀ ਇੰਨੀ ਕੁ ਜ਼ਿਆਦਾ ਯਾਦ ਕੀਤੀ ਜਾਂਦੀ ਹੈ ਲੋਕ ਚਾਹੁੰਦੇ ਨੇ ਉਹ ਕੁਝ ਨਾ ਕੁਝ ਲੈ ਕੇ ਆਣ ਫਿਰ ਤੋਂ ਆਣ ਲੋਕਾਂ ਦੇ ਦਿਲਾਂ ਦੇ ਉੱਤੇ ਆਖਿਰਕਾਰ ਇਹ ਜੋੜੀ ਰਾ ਉਹ ਇੱਕ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਜਿਨ੍ਹਾਂ ਦੇ ਨਾਲ ਕਰਨੀਆਂ ਆਪਾਂ ਵੀ ਬੇਸ਼ੁਮਾਰ ਗੱਲਾਂ ਪੰਜਾਬੀ ਇੰਡਸਟਰੀ ਥੀਏਟਰ ਦਾ ਫਿਊਚਰ ਕੀ ਹੈ ਕੀ ਚੱਲ ਰਿਹਾ ਅੱਜਕੱਲ ਥੀਏਟਰ ਦੇ ਜਿਹੜੇ ਆਰਟਿਸਟ ਹੈ ਉਹ ਕੀ ਕੁਝ ਕਰ ਰਹੇ ਨੇ ਤੇ ਉਹ ਜਿਹੜੇ ਮੇਨ ਕਾਮੇਡੀਅਨ ਹੈ ਸਟੈਂਡ ਅਪ ਕਾਮੇਡੀ ਦਾ ਅੱਜਕੱਲ ਦਾ ਜਿਹੜਾ ਦੌਰ ਹੈ ਤੇ ਜਿਹੜੇ ਆਪਣੇ ਪੰਜਾਬੀ ਸਟੇਜ ਦੇ ਉੱਤੇ ਕਾਮੇਡੀ ਕਰਦੇ ਸੀਗੇ ਟਰੂ ਕਾਮੇਡੀ ਜਿਹਨੂੰ ਕਹਿੰਦੇ ਨੇ ਉਹ ਅੱਜਕੱਲ ਕਿੱਥੇ ਕੰਮ ਕਰ ਰਹੇ ਨੇ ਕੀ ਚੱਲ ਰਿਹਾ ਕੀ ਨਵੀਂ ਸੋਚ ਰੱਖਦੇ ਨੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਜ਼ਾਹਿਰ ਜੀ ਗੱਲ ਹੈ ਕਿ ਮੇਰੇ ਦਰਸ਼ਕ ਜਿਹੜੇ ਨੂੰ ਨਾਲ ਜ਼ਰੂਰ ਜੁੜਨਗੇ ਫੋਨ ਕਾਲਸ ਆਪਨ ਹੈ ਫੋਨ ਦੇ ਉੱਤੇ ਤੁਸੀਂ ਵੀ ਨਾਲ ਜੁੜਨਾ ਤੇ ਬਲਮੁਕੰਦ ਸ਼ਰਮਾ ਜੀ ਦੇ ਨਾਲ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਖੁੱਲ ਕੇ ਕਰਿਓ ਤੁਹਾਡੇ ਨਾਲ ਦੀ ਨਾਲ ਕਾਲ ਜਿਹੜੀ ਅਸੀਂ ਰਿਸੀਵ ਕਰਾਂਗੇ ਸੋ ਸਵਾਗਤ ਕਰ ਲੈਨੇ ਅੱਜ ਆਪਣੇ ਮਹਿਮਾਨ ਦਾ ਬਲਮੁਕੰਦ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋ ਦੇ ਵਿੱਚ ਤੇ ਸਾਡੇ ਵੈਨਕੂਵਰ ਦੇ ਵਿੱਚ ਤੁਹਾਡਾ ਸ਼ੈਰੀ ਜੀ ਚੈਨਲ ਪੰਜਾਬੀ ਦਾ ਤੇ ਮਾਰਨਿੰਗ ਸ਼ੋ ਵਿੱਚ ਇਹ ਲੱਖਾਂ ਜੋ ਕੈਨੇਡਾ ਦੇ ਵਿੱਚ ਵਸਦੇ ਦੁਨੀਆਂ ਚ ਸਾਰੇ ਵਸਦੇ ਪੰਜਾਬੀ ਜਿਹੜੇ ਆ ਉਹਨਾਂ ਦੇ ਰੂਬਰੂ ਤੁਸੀਂ ਹੋਣ ਦਾ ਮੌਕਾ ਦੇ ਰਹੇ ਹੋ ਮੈਂ ਤੁਹਾਡਾ ਵੀ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੀ ਮਾਪੂ ਕਨ ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਵੈਂਕੂਵਰ ਦੇ ਵਿੱਚ ਆ ਗਏ ਹੋ ਸਰੀ ਦੇ ਵਿੱਚ ਆਏ ਹੋ ਪੰਜਾਬੀਆਂ ਦੇ ਘੜ ਦੇ ਵਿੱਚ ਕਿਵੇਂ ਦਾ ਮਹਿਸੂਸ ਹੋ ਰਿਹਾ ਸੱਚ ਪੁੱਛੋ ਜੀ ਮੈਂ ਬਹੁਤ ਵਾਰੀ ਕੋਟ ਕਰ ਚੁੱਕਾ ਹਾਂ ਗੱਲ ਕਿ ਜਦੋਂ ਨਾਰਥ ਅਮਰੀਕਾ ਹੁੰਨੇ ਆ ਤਾਂ ਵੈਂਕੂਵਰ ਦੇ ਵਿੱਚ ਜਿਹੜੀ ਇੱਕ ਵਾਮਥ ਇੱਕ ਪਿਆਰ ਖਿੱਚ ਮਿਲਦੀ ਹੈ ਅਸੀਂ ਆਪਣਾ ਉਹਨੂੰ ਘਰ ਹੀ ਮੰਨਦੇ ਹਾਂ ਅਸੀਂ ਸ਼ੈਰੀ ਜੀ 93 ਦੇ ਵਿੱਚ ਫਸਟ ਟਾਈਮ ਵਸਾਖੀ ਸ਼ੋਅ ਵਾਸਤੇ ਆਏ ਸੀਗੇ ਔਰ ਜਸਵਿੰਦਰਪੁਰ ਲਾਜੀ ਤੇ ਮੈਂ ਕਿਉਂਕਿ ਸਾਡਾ ਇੱਥੇ ਮਨ ਬਹੁਤ ਲੱਗਦਾ ਸੀ ਸਾਡੇ ਅਸੀਂ ਦੋਨੇ ਪੀ.ਯੂ ਪੜੇ ਹੋਏ ਆ ਸਾਡੀ ਪੀ.ਯੂ ਦੀ ਬਹੁਤ ਵੱਡੀ ਫੈਮਿਲੀ ਇੱਥੇ ਸਾਰੇ ਐਗਰੀਕਲਚਰ ਦੇ ਵੈਟਰਨਰੀ ਦੇ ਸਾਡੇ ਹੋਮ ਸਾਇੰਸ ਇੰਜੀਨੀਅਰਿੰਗ ਬਹੁਤ ਸਾਰੇ ਕਾਲਜ ਇੱਥੇ ਸੈਟਲ ਹੋਏ ਆ ਉਹਨਾਂ ਦੇ ਸਟੂਡੈਂਟਸ ਨੇ ਸਾਨੂੰ ਇੰਨਾ ਪਿਆਰ ਦਿੱਤਾ ਇੱਕ ਸੰਸਥਾ ਬਣ ਗਈ ਤੇ ਜਿਹੜੀ ਕੈਨੇਡਾ ਦੇ ਪੰਜਾਬੀਆਂ ਨੇ ਸ਼ਨਕਾਟਾਂ ਨੂੰ ਜੋ ਪਿਆਰ ਦਿੱਤਾ ਭੱਲਾ ਜੀ ਤੇ ਮੈਂ ਤਾਂ ਕਰਤਾਰth ਹਮੇਸ਼ਾ ਧੰਨਵਾਦੀ ਆ ਵੈਨਕੂਵਰ ਨਿਵਾਸੀਆਂ ਦੇ ਖਾਸ ਕਰਕੇ ਕਿ ਇੱਥੇ BC ਵਿੱਚ ਸਾਡਾ ਜੋ ਮਨ ਲੱਗਦਾ ਉਹ ਤਾਂ ਮਤਲਬ ਦੁਨੀਆ 'ਚ ਕਿਸੇ ਪਾਸੇ ਲੱਗਦਾ ਹੀ ਨਹੀਂ ਬਿਲਕੁਲ ਬਿਲਕੁਲ ਸੋ ਸ਼ਰਮਾ ਜੀ ਇੱਕ ਚੀਜ਼ ਹੋਰ ਮੈਨੂੰ ਦੱਸੋ ਮੈਨੂੰ ਲੱਗਦਾ ਵੀ ਜਦੋਂ ਸਾਡੇ ਟੀਵੀਆਂ ਦੇ ਉੱਤੇ ਸ਼ੋਅ ਚੱਲਦਾ ਹੁੰਦਾ ਸੀ ਤੇ ਜਦੋਂ ਅਸੀਂ ਚਾਚਾ ਭਤੀਜ ਨੂੰ ਦੇਖਦੇ ਸੀ ਤੁਸੀਂ ਪਹਿਲਾਂ ਵੀ ਇਦਾਂ ਦੇ ਸੀ ਅੱਜ ਮਿਲਿਓ ਅੱਜ ਵੀ ਇਦਾਂ ਦੇ ਆ ਮਤਲਬ ਮੈਨੂੰ ਇਹ ਦੱਸੋ ਇਹ ਰਾਜ਼ ਹੈ ਕਿ ਇਹ ਸਾਨੂੰ ਤਾਂ ਅੱਜ ਵੀ ਸੇਮ ਲੱਗ ਰਹੇ ਹੋ ਤੁਸੀਂ ਜੀ ਮ ਸ਼ਰੀ ਜੀ ਡੀਡੀ ਡਾਈ ਮੈਂ ਉਦੋਂ ਦਾ ਸਹੀ ਡਾਈ ਮੈਂ ਹੁਣ ਲਾਉਂਦਾ ਬਟ ਤੁਹਾਡੀ ਗੱਲ ਠੀਕ ਹੈ ਕਿ ਪੱਲਾ ਜੀ ਮੈਨੂੰ ਕਹਿੰਦੇ ਹੁੰਦੇ ਆ ਵੀ ਤੂੰ ਨਾ ਜਾਣ ਕੇ ਸ਼ਤਾਨੀ ਕਰਕੇ ਭਤੀਜਾ ਰੋ ਲਾਗੇ ਭਤੀਜੇ ਕੀ ਬੁੱਢੇ ਨਹੀਂ ਹੁੰਦੇ ਹਾਂਜੀ ਤੇ ਪਰ ਮੈਂ ਇੱਥੇ ਮੇਰੇ ਆਪਣੇ ਭਤੀਜੇ ਬਹੁਤ ਆਏ ਹੋਏ ਆ ਅੱਛਾ ਜੀ ਕੈਲਗਰੀ ਵਿੱਚ ਇੱਥੇ ਐਬਸਫਰਡ ਵਿੱਚ ਵੈਲਕਵਰ ਵਿੱਚ ਮੇਰੀ ਭਤੀਜੀਆਂ ਸਰੀ ਚ ਹਾਂਜੀ ਤੇ ਇੱਥੇ ਮੈਂ ਚਾਚਾ ਬਣ ਕੇ ਆਇਆ ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਚਾਚਾ ਜੀ ਠੀਕ ਹੈ ਜੀ ਤੁਹਾਡੇ ਬੱਚਿਆਂ ਦੇ ਮੇਰੀ ਨੀਸ ਇੱਕ ਕਵਿਤਾ ਇੱਥੇ ਹੈ ਮੇਰਾ ਐਪਸਫਰਡ ਤੇ ਜਿਹੜਾ ਮੇਰਾ ਨੰਦਨ ਇੱਥੇ ਆ ਚਲ ਗਿਆ ਮੇਰਾ ਭਤੀਜਾ ਮੁਕਲ ਤਾਂ ਮੈਂ ਚਾਚਾ ਬਣ ਕੇ ਆ ਗਿਆ ਜੀ 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 ਵੈਰੀ ਗੁੱਡ ਇਸ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਉਹ ਤੁਹਾਡੇ ਨਾਲ ਸੀ ਕਰਨੀਆਂ ਸ਼ਰਮਾ ਜੀ ਸ਼ਰਮਾ ਜੀ ਇਹ ਬੜੀ ਇੱਕ ਧੂਮ ਜੀ ਮੱਚੀ ਪਈ ਹੈ ਵੀ ਸ਼ਰਮਾ ਜੀ ਆ ਰਹੇ ਨੇ ਤੇ ਉਹ ਪੁਰਾਣੀ ਟੀਮ ਦੇ ਤੁਰੰਦਰ ਜਿਹੜੇ ਨੇ ਉਹ ਵੀ ਸਾਰੇ ਆ ਰਹੇ ਨੇ ਤੇ ਕੁਝ ਵੱਖਰਾ ਲੈ ਆ ਰਹੇ ਨੇ ਕੀ ਲੈ ਆ ਰਹੇ ਹੋ ਕੀ ਵਕਤ ਪਾਤੇ ਤੁਸੀਂ ਫਿਰ ਲੋਕਾਂ ਸ਼ਰੀ ਜੀ ਲੋਕਾਂ ਦੀ ਡਿਮਾਂਡ ਸੀ ਕਿ ਜਿਹੜੀ ਕਾਮੇਡੀ ਹੈਗੀ ਆ ਉਹ ਥੀਏਟਰ ਦੇ ਫਾਰਮ ਚ ਵੇਖਣੀ ਕਿਉਂਕਿ ਸ਼ੋਜ਼ ਬਹੁਤ ਆ ਰਹੇ ਇੱਥੇ ਹਾਂਜੀ ਔਰ ਪਰਮਾਤਮਾ ਦੀ ਕਿਰਪਾ ਕਿ ਕੋਵਿਡ ਤੇ 2.5 ਸਾਲ ਦੇ ਸੰਤਾਪ ਹੰਡਾਉਣ ਤੋਂ ਬਾਅਦ ਦੁਬਾਰਾ ਖੁੱਲ ਖੇਡ ਹੋਣ ਲੱਗੀ ਆ ਉਹ ਮੇਲੇ ਦੁਆਰਾ ਕੈਨੇਡਾ ਦੇ ਵਿੱਚ ਤਾਂ ਮੈਂ ਟੋਰਾਂਟੋ ਦੇਖ ਰਿਹਾ ਜੀ ਕਿੰਨੇ ਜੰਦੇ ਤੁਹਾਡੇ ਵੈਂਕੂਵਰ ਕਿੰਨੇ ਆ ਕੈਨੇਡਾ ਨੇ ਲੰਘ ਕੇ ਗਿਆ ਵਾ ਤੇ ਕੱਲ ਅਮਰੀਕਾ ਦੇ ਸੀਗਾ ਤੇ ਇਹ ਜਿਹੜੀ ਇੱਕ ਦੁਆਰਾ ਪੰਜਾਬੀਆਂ ਦਰਾ ਵਿਗਰ ਇੱਕ ਸੁਭਾਵ ਆ ਉਹ ਮੁੜ ਕੇ ਆਇਆ ਵਾ ਤੇ ਸਾਨੂੰ ਖੁਸ਼ੀ ਆ ਕਿ ਇਸ ਜਿਹੜੀ ਖਲ ਖੇਡ ਹੋਈ ਆ ਉਹਦੇ ਵਿੱਚ ਜਸਵਿੰਦਰ ਭੱਲਾ ਜੀ ਤੇ ਬਿੰਨੂ ਢਿੱਲੋਂ ਜੀ ਉਹਨਾਂ ਦੀ ਟਾਈਮਿੰਗ ਜਿਹੜੀ ਫਿਲਮਾਂ ਦੇ ਵਿੱਚ ਆਪਾਂ ਸਾਰੇ ਵੱਡੇ ਫੈਨ ਆ ਦੁਨੀਆ ਫੈਨ ਉਹਨਾਂ ਦੀ ਉਹ ਜਿਹੜੀ ਜੋੜੀ ਆ ਤੇ ਜਿਹੜੀ ਸਾਡੀ ਭੱਲਾ ਜੀ ਦੀ ਮੇਰੀ ਟਾਈਮਿੰਗ ਸੀਗੀ ਪੱਲਾ ਜੀ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਅਸੀਂ ਆਪਣਾ ਪਲੇ ਲੈ ਗਿਆ ਸੀਗੇ ਨੋਟੀ ਬਾਬਾ ਐਂਡ ਟਾਊਨ ਹਾਂਜੀ ਕੈਨੇਡਾ ਦੇ ਵਿੱਚ ਐਥੀਅਪਸ ਵਰਕਸਰੀ ਵੈਂਕੂਵਰ ਬਹੁਤ ਪਿਆਰ ਮਿਲਿਆ ਦੋ ਦੋੜੀ ਰਿਪੀਟ ਸ਼ੋ ਹੋਇਆ ਉਹ ਕਹਿੰਦੇ ਵੀ ਉਦੋਂ ਤੂੰ ਆ ਨਹੀਂ ਸਕਿਆ ਤੇਰੀ ਮਜਬੂਰੀ ਸੀ ਮਾਕਫੇਡ ਮੇਰੀ ਜੌਬ ਬਹੁਤ ਵਿਅਸਤ ਸੀਗੀ ਤੇ ਹੁਣ ਤੱਕ ਤੂੰ ਸੁਵਮਕਤ ਹੋ ਗਿਆ ਤੇ ਸ਼ੋ ਕੰਪਨੀ ਐਸਤੇ ਅਸੀਂ 5 ਅਗਸਤ ਤੋਂ 5 ਸਤੰਬਰ ਤੱਕ ਪੂਰਾ ਇੱਕ ਮਹੀਨਾ 10 ਸ਼ੋ ਲੈ ਕੇ ਆ ਰਹੇ ਹਾਂ ਤੁਹਾਡੇ ਸ਼ਹਿਰ ਵਿੱਚ 28 ਅਗਸਤ ਸੰਡੇ ਡਾਊਨਟਾਊਨ ਦੇ ਵਿੱਚ ਔਰਫੀਅਨ ਥੀਏਟਰ 'ਚ ਸ਼ਾਮ 7:00 ਵਜੇ ਸੰਦੀਪ ਪੱਟੀ ਸਾਡੇ ਮੇਨ ਪ੍ਰੋਮੋਟਰ ਟੋਰੰਟੋ ਤੋਂ ਸੁਖ ਬਰਾੜ ਸਾਡੇ ਇੱਥੋਂ ਦੇ ਪ੍ਰੋਮੋਟਰ ਆ ਉਹ ਸ਼ੋਅ ਪੇਸ਼ ਕਰ ਰਹੇ ਆ ਸੋ ਐਡਵਾਂਸ ਬੇਨਤੀ ਕਰ ਜਮਾ ਵੈਨਕਵਰ ਨਵਾਸੀਓ ਸਾਨੂੰ 28 ਅਗਸਤ ਸੰਡੇ ਨੂੰ 7 ਵਜੇ ਸ਼ਾਮ ਆਰਫੀਮ ਥੀਏਟਰ ਉਹਨਾਂ ਨੇ ਭੁੱਲਣਾ ਕਮੇਡੀ ਚ ਕੋਸ਼ਿਸ਼ ਕਰਾਂਗੇ ਹਸਾਸਾਂ ਕਿੱਡੀ ਪੀਣਾ ਪਈਏ ਸ਼ਰਮਾ ਜੀ ਇੱਥੇ ਕੋਈ ਦੇਖੋ ਦੋਹਰਾਈ ਨਹੀਂ ਹੈ ਕਿਸੇ ਨੂੰ ਕੋਈ ਡਾਊਟ ਨਹੀਂ ਹੈ ਮੈਨਾਂ ਤਾਂ ਤੁਸੀਂ ਅਪੀਲ ਨਾ ਵੀ ਕਰੋਗੇ ਤੇ ਲੋਕਾਂ ਨੇ ਪਹੁੰਚਣਾ ਹੀ ਪਹੁੰਚਣਾ ਉੱਥੇ ਕਿਉਂਕਿ ਇਹ ਜੋੜੀ ਜਦੋਂ ਵੀ ਇਹ ਦੇਖਣ ਨੂੰ ਮਿਲਦੀ ਹੈ ਤੇ ਕੋਈ ਮੌਕਾ ਨਹੀਂ ਛੱਡੇਗਾ ਹੁਣ ਇਹ ਦੱਸੋ ਵੀ ਜਦੋਂ ਚਾਚੇ ਭਤੀਜ ਦੀ ਜੋੜੀ ਪਹਿਲਾਂ ਦੇਖੀ ਜਾਂਦੀ ਸੀ ਹੁਣ ਇਹ ਕਿਹਾ ਜਾ ਰਿਹਾ ਸੀ ਵੀ ਕਾਫੀ ਸਮੇਂ ਤੋਂ ਜਿਹੜਾ ਤੁਸੀਂ ਆ ਨਹੀਂ ਰਹੇ ਹੋ ਸਾਹਮਣੇ ਸੋ ਇੱਕ ਉਹ ਲੋਕੀ ਕਹਿੰਦੇ ਸੀ ਗਾਇਬ ਹੋ ਗਏ ਸਾਡੀ ਫੇਵਰਟ ਜੋੜੀ ਜਿਹੜੀ ਹੈ ਉਹ ਗਾਇਬ ਹੋ ਗਈ ਅਸੀਂ ਉਹਨੂੰ ਦੇਖਣਾ ਚਾਹੁੰਦੇ ਸੀ ਹੋਈ ਇੱਕ ਲੋਕ ਪਾਜ਼ ਲੰਬਾ ਹੋ ਗਿਆ 2009 ਤੱਕ ਸਾਡੇ 2 ਤੇ ਪੁੱਛੇ ਲਾਸ ਗੱਟਾ ਸੀ ਤੇ ਮੇਰੀ ਜਦੋਂ ਪ੍ਰੋਮੋਸ਼ਨ ਸ਼ੈਰੀ ਜੀ ਹੋ ਗਈ ਨਾ ਮਾਰਕਫਰਡ ਵਿੱਚ ਮੈਂ ਐਗਜ਼ੀਕਟਿਵ ਡਾਇਰੈਕਟਰ ਬਣ ਗਿਆ 2011 ਵਿੱਚ ਫਿਰ ਮੈਂ 2017 ਚ ਐਡੀਸ਼ਨ ਲਿਮਿਟਡ ਬਣ ਗਿਆ ਇਹ ਜ਼ਿੰਮੇਵਾਰੀਆਂ ਥੋੜੀਆਂ ਜਿਹੀਆਂ ਕਿਉਂਕਿ ਗਵਰਨਮੈਂਟ ਦੇ ਵਿੱਚ ਜਦੋਂ ਤੁਸੀਂ 3 ਬਿਲੀਅਨ ਡਾਲਰ ਦੀ ਬਿਜ਼ਨਸ ਨੂੰ ਕੰਪਨੀ ਨੂੰ ਕਰਤੇ ਆ ਸੈਕੰਡ ਹੈੱਡ ਬੰਦੇ ਆ ਤਾਂ ਰਿਸਪੋਨਸੀਬਿਲਟੀ ਤਾਂ ਹੁੰਦੀ ਆ ਤੇ ਮੇਰੀ ਮੈਨੂੰ ਮਲਾਲ ਵੀ ਕੋਈ ਨਹੀਂ ਕਿਉਂਕਿ ਮੈਨੂੰ ਸਰਕਾਰ ਨੇ ਜਾਂ ਬਾਕਫਰ ਨੇ ਬਹੁਤ ਨਵਾਜਿਆ ਕਿਸੇ ਵੀ ਅਫਸਰ ਨੂੰ ਇੰਨਾ ਇਸ ਲੈਵਲ ਤੇ ਪਹੁੰਚਦਾ ਮਾਨਨਿਸ਼ ਪ੍ਰਾਪਤ ਹੋਇਆ ਜੋ ਸਰਕਾਰ ਨੇ ਮੈਨੂੰ ਮੌਕਾ ਦਿੱਤਾ ਹਾਂਜੀ ਤੇ ਉਸ ਕਰਕੇ ਮੈਂ ਭੱਲਾ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਆਪਣੇ ਸਰੂਤਿਆਂ ਨੂੰ ਵੀ ਬੇਨਤੀ ਕੀਤੀ ਕਿ ਮੈਂ ਫਿਲਮਾਂ ਦੇ ਵਿੱਚ ਜਾਂ ਸਟੇਜ ਸ਼ੋਅ ਚ ਇਹਨਾਂ ਨਹੀਂ ਆ ਪਾਰਿਆ ਪਰ ਹੁਣ ਸੇਵਾਮੁਕਤ ਹੋ ਗਿਆ ਆਮ ਅਵੇਲੇਬਲ ਬਿਲਕੁਲ ਤੇ ਮੈਂ ਵਿਗਰ ਵਿੱਚ ਫਿਲਮਾਂ 'ਚ ਵੀ ਆ ਰਿਹਾ ਤੇ ਮੈਂ ਸ਼ੋਹਲਾ 'ਚ ਵੀ ਆ ਰਿਹਾ ਤੁਹਾਡੇ ਨਾਲ ਬਿਲਕੁਲ ਬਿਲਕੁਲ ਸ਼ਮੈ ਤੁਸੀਂ ਮਾਰਕਫੈਟ ਦੇ ਵਿੱਚ ਜਿੰਨੇ ਦੱਸਿਆ ਕਿ ਏਐਮਡੀ ਤੁਸੀਂ ਰਹੇ ਹੋ ਉਦੋਂ ਵੀ ਸਾਰੇ ਲੋਕੀ ਬੜਾ ਜ਼ਿਕਰ ਕਰਦੇ ਹੁੰਦੇ ਸੀ ਕਹਿੰਦੇ ਸੀ ਕਿ ਜਿਹੜੀ ਇੱਕ 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 ਉਹ ਕਾਮੇਡੀ ਜਿਹੜੀ ਕਿ ਇੱਕ ਪਹਿਲਾ ਪਿੰਡੂ ਤਪਕੇ ਤੱਕ ਸੀਮਿਤ ਸੀਗੀ ਤੁਸੀਂ ਉਹਨੂੰ ਪੜ੍ਹੇ ਲਿਖਿਆ ਵਾਲੀ ਤੁਸੀਂ ਤੇ ਭੱਲਾ ਜੀ ਨੇ ਮਿਲ ਕੇ ਉਹਨੂੰ ਪੜ੍ਹੇ ਲਿਖਿਆ ਵਾਲੀ ਜਿਹੜੀ ਕਾਮੇਡੀ ਬਣਾਇਆ ਤੁਸੀਂ ਪੜ੍ਹੇ ਲਿਖੇ ਸੀਗੇ ਤੁਸੀਂ ਏਐਮਡੀ ਸੀਗੇ ਮਾਰਕਫੈਟ ਦੇ ਭੱਲਾ ਜੀ ਇੰਨਾ ਪੜ੍ਹੇ ਹੋਏ ਸੀਗੇ ਤੁਸੀਂ ਉਸ ਕਾਮੇਡੀ ਦੇ ਪੱਧਰ ਨੂੰ ਪੜ੍ਹਿਆ ਲਿਖਿਆ ਵਾਲੀ ਔਰ 노 ਡਾਊਟ ਕਿ ਇੱਕ ਜਦੋਂ ਭੰਡਾਲਾ ਤੁਹਾਡਾ ਬਹੁਤ ਮਸ਼ਹੂਰ ਹੋ ਗਿਆ ਸੀਗਾ ਕੈਰੈਕਟਰ ਉਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਬਹੁਤ ਹਲਕੇ ਲੈਵਲ ਦੀ ਇੱਕ ਜਿਹੜੀ ਸ਼ੁਰੂਆਤ ਹੋਈ ਸੀ ਤੁਹਾਨੂੰ ਉਹਦੀ ਉਦੋਂ ਕਦੀ ਨਾ ਕਦੀ ਇਹ ਚੀਜ਼ ਫੀਲ ਹੁੰਦੀ ਸੀ ਵੀ ਇੱਕ ਰਤਬਾ ਏਐਮਡੀ ਦਾ ਤੇ ਇੱਕ ਇਦਾਂ ਕਾਮੇਡੀ ਦੇ ਵਿੱਚ ਆਣਾ ਤੁਹਾਨੂੰ ਕਦੀ ਇਦਾਂ ਮਹਿਸੂਸ ਹੁੰਦਾ ਸੀ ਜਾਂ ਕਿਸੇ ਹੋਰ ਲੈਕ ਚੱਲ ਰਹੇ ਸੀ ਮੈਂ ਇਹਦੇ ਅਨਸਰ ਜਿਹੜੇ ਆ ਸੰਜੀਦਾ ਢੰਗ ਨਾਲ ਕਰੂੰਗਾ ਕਾਮੇਡੀ ਵਿੱਚ ਵੀ ਕਰੂੰਗਾ ਪਹਿਲਾਂ ਕਾਮੇਡੀ ਵਿੱਚ ਅਨਸਰ ਲੈ ਲਓ ਇਹਦਾ ਹਾਂਜੀ ਕਿ ਜਦੋਂ ਅਸੀਂ ਭੰਡਾਂ ਦੀਆਂ ਨਕਲਾਂ ਕਰਦੇ ਸੀਗੇ ਹਾਂਜੀ ਅਸੀਂ ਤਾਂ ਇਹ ਸਮਝਦੇ ਹਾਂ ਕਿ ਅਸੀਂ ਭੱਗਾਂ ਵਾਲੇ ਸੀਗੇ ਕਿ ਸਾਡੀ ਜਿਹੜੀ ਸ਼ੁਰੂਆਤ ਆ ਪੰਜਾਬ ਦੀ ਕਮੇਟੀ ਦੀ ਉਸ ਰੂਟਸ ਤੋਂ ਹੋਈ ਆ ਜਿਹੜੀ ਭੰਡ ਵਾ ਨਾ ਜੀ ਇਹ ਕਲਾ ਜਿਹੜੀ ਆ ਨੋ ਡਾਊਟ ਅਲੋਪ ਹੋ ਗਈ ਸਮੇਂ ਦੇ ਨਾਲ ਪਰ ਅਸੀਂ ਜਦੋਂ 81 ਦੇ ਵਿੱਚ ਮੈਂ ਤੇ ਭੱਲਾ ਜੀ ਨੇ ਆਪਣੇ ਸੀਨੀਅਰ ਕਲਾਸ ਨੂੰ ਇੱਕ ਫੇਰਵੈਲ ਪਾਰਟੀ ਦੇਣੀ ਸੀ ਅਸੀਂ ਉਚੇਚੇ ਤੌਰ ਤੇ ਇਹ ਆਈਟਮ ਤਿਆਰ ਕੀਤੀ ਭੱਲਾ ਜੀ ਦਰਾਹੇ ਤੋਂ ਮੈਂ ਆਪਣੇ ਪਿੰਡ ਲੋਹਿਆਂ ਤੋਂ ਕੁਝ ਵਨਗੀਆਂ ਕਮੇਟੀ ਦੇ ਲੈ ਕੇ ਆਏ ਭੰਡਾ ਦੀਆਂ ਅਸੀਂ ਨੋ ਡਾਊਟ ਡਰੈਸ ਜਿਹੜੀ ਉਹ ਭੰਡਾਲੀ ਪਾਈ ਚਮਾਟੇ ਭੰਡਾਲੇ ਬਾਰੇ ਪਰ ਜੋਕ ਮਾਡਰਨ ਮਾਡਰਨ ਜੋਕਸ ਦੇ ਰੂਪ ਦਿੱਤਾ ਉਹ ਉਹ ਸਾਡੀ ਜਿਹੜੀ ਇੱਕ ਸ਼ੁਰੂਆਤ ਸੀਗੀ ਉਹਨੂੰ ਫਿਰ ਜਦੋਂ ਅਖਬਾਰਾਂ ਵਿੱਚ ਗੁਰਪ੍ਰਜਨ ਗੇਲਜੀ ਵਰਗੇ ਸਖਸ਼ੀਤਾ ਨੇ ਚਮਕਾਇਆ ਤੇ ਉਹਨਾਂ ਨੇ ਅਖਬਾਰ ਚ ਆਰਟੀਕਲ ਲਿਖਿਆ ਕਿ ਖੁਰਦੇ ਸੱਬਿਆ ਚਾਤੇ ਰੱਖੇ ਮਾਡਰਨ ਪੰਡ ਪੱਲਾ ਤੇ ਬਾਲ ਮੁਕੰਦ ਉਹ ਜਦੋਂ ਸ਼ਹਿਰੀ ਜਿਤ ਛਪ ਗਿਆ ਨਾ ਤਾਂ ਸਾਨੂੰ ਇੱਕ ਪਬਲਿਕ ਲਾਈਫ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਉਹ ਕਮੇਟੀ ਸ਼ੁਰੂਆਤ ਹੋਈ ਬਟ ਸੰਕਟਾ 88 ਜਦੋਂ ਜਸਵਾਲ ਸਾਹਿਬ ਗੁਰਪ੍ਰਜਨ ਗੇਲਜੀ ਕੇਸ਼ਰਾਮ ਸਿੰਘ ਨੇ ਪ੍ਰਸਾਦ ਕੀਤਾ ਉਹਦੇ ਰੂਪ ਜਿਹੜੀ ਕਮੇਟੀ ਲੈ ਕੇ ਆਏ ਉਹ ਜਿਹੜੀ ਸਟੈਂਡ ਯਾਨੀ ਸਾਡੀ ਉਹਦੀ ਚਾਚਾ ਭਤੀ ਜਾਕ ਮੀਡੀ ਸੀਗੀ ਉਹਨੂੰ ਅਸੀਂ ਇਹ ਕਹਿ ਲਈਏ ਕਿ ਕੈਸਟਰ ਦੇ ਰੂਪ ਵਿੱਚ ਜਦੋਂ ਘਰ ਘਰ ਵੱਜੀ ਟੇਪ ਉਸ ਤੋਂ ਬਾਅਦ ਵੀਡੀਓ ਆਨ ਲੱਗ ਪਈ ਤੇ ਸਾਨੂੰ ਲੱਗਦਾ ਕਿ ਸਾਨੂੰ ਉਸ ਕਮੇਟੀ ਜਰੀਏ ਜੋ ਪੰਜਾਬੀਆਂ ਦਾ ਖਾਸ ਤੌਰ ਤੇ ਤੁਹਾਡੇ ਨਾਰਥ ਅਮਰੀਕਾ ਵਾਲਾ ਪਿਆਰ ਮਿਲਿਆ ਉਹਦੇ ਕਰਕੇ ਇਹ ਐਕਸ਼ਨ ਕਟਾੜ ਕਰ ਕਰ ਮਕਬੂਲ ਹੋਇਆ ਜੀ ਬਿਲਕੁਲ ਜਸੋਵਾਲ ਜੀ ਦਾ ਬਲਮੁਕਾਂਝੀ ਤੁਸੀਂ ਜ਼ਿਕਰ ਕੀਤਾ ਜਸੋਵਾਲ ਜੀ ਮੈਨੂੰ ਯਾਦ ਹੈ ਕਿ ਤੁਹਾਡੀ ਕਾਮੇਡੀ ਦਾ ਹਰ ਹਰ ਤੁਹਾਡੀ ਕਾਮੇਡੀ ਦੇ ਵਿੱਚ ਉਹ ਉਹ ਹੁੰਦੇ ਹੀ ਹੁੰਦੇ ਸੀ ਤੁਹਾਡੇ ਹਰ ਤਾਂਜ ਜਦੋਂ ਵੀ ਹੁੰਦੇ ਸੀਗੇ ਤਾਂ ਉਹਨਾਂ ਦਾ ਨਾਮ ਵਿੱਚ ਆਉਂਦਾ ਹੀ ਆਉਂਦਾ ਸੀ ਤੁਹਾਡੀ ਤੇ ਉਹਨਾਂ ਦੀ ਇਦਾਂ ਲੱਗਦਾ ਹੁੰਦਾ ਸੀਗਾ ਕਿ ਭੱਲਾ ਜੀ ਆਗੇ ਬਲਮੁਕਾਂਝੀ ਆਗੇ ਤੇ ਜਸੋਵਾਲ ਜੀ ਤਾਂ ਵਿੱਚ ਹੋਣਗੇ ਹੋਣਗੇ ਇਹ ਤਿਕੜੀ ਜਿਹੜੀ ਹੈ ਸਾਰਿਆਂ ਨੂੰ ਬਹੁਤ ਜ਼ਿਆਦਾ ਯਾਦ ਰਹਿੰਦੀ ਸੀ ਕੁਝ ਸਮੇਂ ਤੋਂ ਇਹ ਤੁਹਾਡੀ ਕਾਮੇਡੀ ਦੇ ਵਿੱਚ ਉਹ ਦਸੋਵਾਲ ਜੀ ਗਾਇਬ ਹੋ ਗਏ ਉਹਨਾਂ ਦਾ ਨਾਮ ਕੱਟ ਗਿਆ ਸਾਡੇ ਪੱਥ ਪ੍ਰਦਰਸ਼ਕ ਸੀ ਸਾਡੇ ਰਾਧ ਸੇਰਾ ਸੀਗੇ ਉਹਨਾਂ ਨੇ ਸਾਨੂੰ ਕਾਮੇਡੀ ਜਿਹੜੀ ਸਾਡੀ ਆ ਉਹਨਾਂ ਨੇ ਕਿਹਾ ਕਰਨਾ ਕਿ ਤੁਸੀਂ ਸਟੈਂਡ ਅਪ ਕਾਮੇਡੀ ਪ੍ਰਦਰਸ਼ੀ ਕਰਦੇ ਆ 2-3 ਘੰਟੇ ਸ਼ੋਅ ਹੋਇਆ ਲੋਕੀ ਚਲੇ ਗਏ ਬਟ ਤੁਹਾਡੀ ਕਮੇਡੀ ਨੂੰ ਲਾਸਟਿੰਗ ਕਰਨ ਵਾਸਤੇ ਦਾ ਡਾਕੂਮੈਂਟ ਬਣਾਓ ਐਲਬਮ ਪਹਿਲੀ ਸਾਡੇ ਉਹਨਾਂ ਨੇ ਤਿਆਰ ਕਰਵਾਈ ਪ੍ਰੋਫੈਸਰ ਮੋਨ ਸਿੰਘ ਮਿਲੇ ਤੇ 20 ਅਕਤੂਬਰ 1988 ਨੂੰ ਪਹਿਲੀ ਐਲਬਮ ਰਿਲੀਜ਼ ਹੋਈ ਤੁਸੀਂ ਹੈਰਾਨ ਮਨੂਗੇ ਸ਼ੈਰੀ ਜੀ ਕਿ ਜਦੋਂ ਸੀ ਰਿਕਾਰਡਿੰਗ ਕਰਾਈ ਤੇ ਸਾਨੂੰ ਇਹ ਨਹੀਂ ਪਤਾ ਸੀ ਰਿਕਾਰਡਿੰਗ ਕਰਾਈ ਦੀ ਕਿਵੇਂ ਆ ਸਟੂਡੀਓ ਵਿੱਚ ਅਸੀਂ ਉੱਥੇ ਵੀ ਮਾਈਕ ਦੇ ਉੱਥੇ ਗੇੜੇ ਕੱਢ ਕੇ ਚਮਾਟੇ ਮਾਰੀ ਗਏ ਉਹ ਕਹਿੰਦੇ ਖੜ ਜੋ ਇਹ ਤਾਂ ਸਟੈਂਡ ਅਪ ਕਮੇਟੀ ਤੁਸੀਂ ਰਿਕਾਰਡਿੰਗ ਕਰ ਰਹੀਆਂ ਉਸ ਤੋਂ ਬਾਅਦ ਜਦੋਂ 4000 ਕੈਸਟ ਮੇਕ ਮੌਕੇ ਤੇ ਵੇਚ ਗਈ ਤੇ ਉਹ ਪ੍ਰੋਮੋਟਰ ਸਾਡੇ ਘਰੇ 4-4000 ਰੁਪਏ ਚੈੱਕ ਲੈ ਕੇ ਆ ਅਸੀਂ ਕਿਹਾ ਇਹ ਪੈਸੇ ਮਿਲਣਗੇ ਕਹਿੰਦੇ ਮੈਂ ਕਮਾਏ ਆ ਸਾਨੂੰ ਪਤਾ ਸੀ ਵੀ ਕਮੇਟੀ ਦੇ ਪੈਸੇ ਹੀ ਮਿਲਿਆ ਕਰਨਗੇ ਯਾਨੀ ਅਸੀਂ ਬਿਲਕੁਲ ਕੱਚੇ ਤੇ ਰਾਤ ਰੂਪ ਸ਼ੁਰੂਆਤ ਕੀਤੀ ਬਟ ਅਸੀਂ ਬlesdਵਾ ਤੁਸੀਂ ਕਿਹਾ ਸੀ ਕਿ ਭੰਡਾ ਦੇ ਨਕਲੜੀਆਂ ਭੱਲਾ ਸਾਹਿਬ ਆਪ ਇਸ ਗੱਲ ਸੁਣਾਉਂਦੇ ਹੁੰਦੇ ਆ ਕਿ ਜਦੋਂ ਕਹਿੰਦੇ ਮੈਂ ਪ੍ਰੋਫੈਸਰ ਲੱਗਿਆ ਪੀਐਚਯੂ ਚ ਦੇਖੋ ਮੈਂ ਬੀਐਸਸੀ ਕੀਤੀ ਭੱਲਾ ਸਾਹਿਬ ਜਮਾਤੀ ਆ ਫਿਰ ਮੈਂ ਐਮਪੀਏ ਕਰ ਲਈ ਮੈਂ ਮາກਫਰਡ ਡੀਐਮ ਆ ਗਿਆ ਭੱਲਾ ਜੀ ਐਮਐਸਸੀ ਕਰਕੇ ਪੀਐਚਡੀ ਕੀਤੀ ਉਹਨਾਂ ਨੇ ਡਾਕਟਰ ਬਿਲਕੁਲ ਹਾਂਜੀ ਤੇ ਪ੍ਰੋਫੈਸਰ ਐਂਡ ਹੈੱਡ ਬਣੇ ਯੂਨੀਵਰਸਿਟੀ ਚ ਤੇ ਉਹ ਕਹਿੰਦੇ ਵੀ ਮੈਂ ਟੀਚਿੰਗ ਚ ਐਮਐਸਸੀ ਕਲਾਸਾਂ ਨੂੰ ਪੜਾਇਆ ਕਰਾਂ ਤੇ ਇੱਕ ਬੱਚੀ ਮੇਰੀ ਸਟੂਡੈਂਟ ਸੀ ਹਾਂਜੀ ਦੇਰੋਂ ਤੁੰ ਤੋਂ ਹਾਂਜੀ ਸਾਡਾ ਕੋਈ ਸ਼ਰੀ ਜੀ ਨੈਸ਼ਨਲ ਟੀਵੀ ਤੋਂ ਦੂਰਦਰਸ਼ਨ ਇੰਡੀਆ ਮਤਲਬ ਬਾਕੀ ਚੈਨਲ ਤੋਂ ਬਾਅਦ ਆਇਆ 9192 ਦੀ ਗੱਲ ਹੋਣੀ ਆ ਤੇ ਉਹ ਕਹਿੰਦੇ ਵੀ ਮੇਰਾ ਇੱਕ ਭੰਡਾ ਦੇ ਨਕਲਾ ਸਾਡਾ ਸ਼ੋਅ ਚੱਲ ਰਿਹਾ ਸੀਗਾ ਵਸਾਖੀ ਦੇ ਉੱਪਰ ਨੈਸ਼ਨਲ ਟੀਵੀ ਤੋਂ ਤੇ ਉਹ ਬੱਚੀ ਖੁਸ਼ ਹੋ ਗਈ ਫਿਰ ਪ੍ਰੋਫੈਸਰ ਭੱਜੀ ਭੱਜੀ ਕਹਿੰਦੀ ਗਈ ਆ ਆਪਣੇ ਫਾਦਰ ਨੂੰ ਕਹਿੰਦੀ ਪਾਪਾ ਪਾਪਾ ਇਹ ਮੇਰੇ ਪ੍ਰੋਫੈਸਰ ਆ ਹੁਣ ਨਕਲਾ ਸਾਡੇ ਭੰਡਾ ਦੀਆਂ ਤੇ ਉਹ ਫਿਰ ਕਹਿੰਦੇ ਮੈਂ ਪੁੱਛਿਆ ਉਹਦੀ ਸਟੂਡੈਂਟ ਨੂੰ ਇਹ ਤੇ ਪਾਪਾ ਕੀ ਬੋਲੇ ਕਹਿੰਦੇ ਪਾਪਾ ਕਹਿੰਦੇ ਜੇ ਇਦਾਂ ਹੀ ਪ੍ਰੋਫੈਸਰ ਆ ਪੜਨੂ ਰਹਿੰਦੇ ਯਾਨੀ ਇੱਕ ਕਮੇਟੀ ਵਿੱਚ ਆ ਬਟ ਮੈਂ ਸੰਜੀਦਾ ਵਿੱਚ ਗੱਲ ਕਰਾਂ ਤੁਹਾਡੇ ਮੈਂ ਕੁਐਸਚਨ ਨੂੰ ਅਨਸਰ ਕਰ ਲੱਗਾ ਜੀ ਕਿ ਆਪਾਂ ਸ਼ੈਰੀ ਜੀ ਹਰ ਇਨਸਾਨ ਜਿਹੜਾ ਉਹ ਇੱਕ ਮੌਕੇ ਤੇ ਕਿੰਨੇ ਰੋਲ ਨਿਭਾਉਂਦਾ ਹੂੰ ਜੇ ਆਪਾਂ ਆਪਣੀ ਮਦਰ ਕੋ ਜਾਣਦੇ ਆ ਪੁੱਤਰ ਵਾਈਫ ਕੋ ਗਏ ਹਸਬੰਡ ਭੈਣ ਕੋ ਗਏ ਭਰਾ ਜੀ ਮੇਰੇ ਕਹਿੰਦਾ ਭਾਵਾ ਜੇ ਅਸੀਂ ਪਰਜਾਈ ਗਏ ਉਹ ਦੇਵਾਰਾਂ ਹਾਂ ਜੀ ਯਾਨੀ ਇੱਕ ਇਨਸਾਨ ਚ ਇੰਨੇ ਰੋਲ ਇਕੁਅਲ ਨਿਭਾ ਸਕਦਾ ਤੇ ਅਸੀਂ ਜਦੋਂ ਸਟੇਜ ਤੇ ਜਾਂ ਪਰਦੇ ਤੇ ਹੁੰਨੇ ਆ ਤਾਂ ਅਸੀਂ ਆਰਟਿਸਟ ਆ ਜੀ ਬਿਲਕੁਲ ਤੇ ਜੇ ਅਸੀਂ ਅਫਸਰ ਤੇ ਬੈਠੇ ਆ ਤੁਸੀਂ ਅਫਸਰ ਆ ਬਿਲਕੁਲ ਸਿਰਫ ਤੁਹਾਡੀ ਇੱਕ ਸੋਚ ਦੀ ਗੱਲ ਆ ਜੀ ਸ਼ਮਾ ਜੀ ਇੱਕ ਕਰੈਕਟਰ ਹੋਰ ਲੋਗ ਲੱਭ ਰਹੇ ਨੇ ਜਿਹੜਾ ਅਸੀਂ ਤੁਹਾਨੂੰ ਪੁੱਛਣਾ ਤੁਹਾਡੇ ਹੀ ਛਣਕਾਟਿਆਂ ਦੀ ਜਿਹੜੀ ਸ਼ਾਨ ਸੀ ਇੱਕ ਨੀਲੂ ਉਹ ਨਜ਼ਰ ਨਹੀਂ ਆਉਂਦੇ ਅੱਜ ਕੱਲ ਕਿੱਥੇ ਐ ਨਹੀਂ ਲੋਕ ਦੇਖੋ ਛਣਕਾਟਾ ਜੋੜੀ ਤੋਂ ਹਾਂ ਟਿੱਕੜੀ ਜਿਹੜੀ ਆ ਉਹ 96 97 ਚ ਹਾਂਜੀ ਉਹਦੀ ਬੈਕਗ੍ਰਾਉਂਡ ਇਹ ਸੀਗੀ ਆਪਣਾ ਸ਼ੈਰੀ ਜੀ ਕੇ ਦੂਰਦਰਸ਼ਨ ਜਲੰਧਰ ਤੋਂ ਸਾਡਾ ਸ਼ੋਅ ਚੱਲਦਾ ਸੀ ਲਸ਼ਕਾਰਾ ਹਾਂਜੀ ਭੱਲਾ ਜੀ ਤੇ ਮੈਂ ਸ਼ੁਰੂ ਕੀਤਾ ਸ਼ੋਅ ਜੁਲਾਈ 97 ਦੀ ਗੱਲ ਹੋਣੀ ਤੇ ਹਰਜੀਤ ਸਿੰਘ ਜੀ ਸਾਡੇ ਡਾਇਰੈਕਟਰ ਸੀਗੇ ਬੜੇ ਸੁਝੇ ਹੋਏ ਬੜੇ ਇਨਸਾਨ ਵਧੀਆ ਸੀ ਬਹੁਤ ਰਿਸਪੈਕਟ ਕਰਦੇ ਆ ਉਹਨਾਂ ਨੇ ਸੁਜੈਸਟ ਕੀਤਾ ਕਿ ਭੱਲਾ ਜੀ ਸ਼ਰਮਾ ਜੀ ਤੁਸੀਂ ਦੋਨੋਂ ਜਣੇ ਕਮੇਟੀ ਅੱਛੀ ਕਰਦੇ ਆ ਮੈਂ ਤੁਹਾਨੂੰ ਸੁਜੈਸਟ ਕਰਦਾ ਕਿ ਇੱਕ ਲੜਕੀ ਆ ਬੀਸਿਕਲੀ ਡਾਂਸਰ ਹਾਂਜੀ ਹਾਂਸਰਾ ਹਾਂਸ ਜੀ ਦੇ ਗੀਤ ਉੱਪਰ ਵੰਜਾਰਣ ਕੁੜੀਏ ਬਹੁਤ ਸਾਰਾ ਡਾਂਸ ਕੀਤਾ ਸੀ ਬਹੁਤ ਸਾਰਾ ਡਾਂਸ ਕੀਤਾ ਸੀ ਵੰਜਾਰਿਆਂ ਵਾਲਾ ਡਾਂਸ ਸੀ ਵੰਜਾਰਣ ਵਾਲਾ ਤੁਸੀਂ ਉਹ ਬੱਚੀ ਨੂੰ ਨਾਲ ਲਾਓ ਤੇ ਕਮੇਡੀ ਕਰੋ ਅਸੀਂ ਥੋੜਾ ਜਿਹਾ ਬਾਕੀ ਓਨੈਸਟਲੀ ਐਡਮਿਟ ਕਰਦੇ ਹਾਂ ਚਿਜਕਦੇ ਸੀ ਕੁਝ ਵੀ ਪੰਜਾਬੀ ਚ ਕਹਿੰਦੇ ਤੀਜਾ ਰਲਿਆ ਤੇ ਕੰਮ ਕਰਿਆ ਪਰ ਜਦੋਂ ਉਹ ਬੱਚੀ ਨੇ ਨੀਲੂ ਸਾਡੇ ਨਾਲ ਰਲ ਗਈ ਅਸੀਂ ਪਰਫਾਰਮ ਕੀਤਾ ਤੇ ਨੋ ਡਾਊਟ ਸਾਡੀਆਂ ਉਹ ਜਿਹੜੀਆਂ ਪਕੜਵਾ ਟਾਈਮਿੰਗ ਬੜੀ ਚੀਆ ਸ਼ੀ ਇਜ਼ ਵੈਰੀ ਗੁੱਡ ਟੈਲੈਂਟਡ ਹੁਣ ਤਾਂ ਉਹ ਬਹੁਤ ਵੱਡੀ ਪੋਸਟ ਤੇ ਕੰਮ ਕਰ ਰਹੀ ਹੈ ਸ਼ੀ ਡਿਪਟੀ ਡਿਸਟ੍ਰਿਕਟ ਟਰਨੀ ਲੁਧਿਆਣੇ ਚ ਹਾਂਜੀ ਹਾਂਜੀ ਜੌਬ ਚ ਹੈ ਕਿ ਬਿਜ਼ੀ ਆ ਬਟ ਐਟ ਦ ਸੇਮ ਟਾਈਮ ਨੀਲੂ ਨੂੰ ਜਦੋਂ ਜਰਨੈਲ ਘਮਾਜ ਨੇ ਕੈਸਟਾਂਜ ਲਈਏ ਸੀ ਤੇ ਛਰਗੱਟੇ ਦਾ ਪਾਰਟ ਬਣ ਗਈ ਤੇ ਟਿੱਕੜੀ ਬਣ ਗਈ ਤੇ ਨੀਲੂ ਨੇ ਵੀ ਬਹੁਤ ਅੱਛਾ ਰੋਲ ਪਲੇ ਕੀਤਾ ਔਰ ਨੀਲੂ ਜਿਹੜੀ ਹੁਣ ਵੀ ਐਕਟਿਵ ਆ ਉਹਦੇ ਸੌਂਗ ਆਏ ਪਿੱਛੇ ਜੇ ਮਾਰਕੀਟ ਸ਼ੀ ਇਜ਼ ਅ ਗੁੱਡ ਸਿੰਗਰ ਗੁੱਡ ਐਕਟਰਸ ਹਾਂ 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 ਹਾਲੇ ਕੰਮ ਕਰ ਰਹੀ ਹੋ ਓਕੇ ਜੀ ਬਿਲਕੁਲ ਠ ਅੰਦਰਪੱਲਾ ਜੀ ਹੋਗੇ ਬਲਮਕੰਦਰ ਸ਼ਰਮਾ ਹੋਗੇ ਭਗਵੰਤਮਾਨੀ ਲੋ ਜਿੰਨੇ ਵੀ ਗੁਰਪ੍ਰਿਤ ਕੋਗੀ ਜੀ ਹੁਣ ਜਦੋਂ ਇਹਨਾਂ ਦੀ ਜਦੋਂ ਗੱਲ ਕਰ ਲਈ ਜਾਂਦੀ ਹੈ ਤਾਂ ਸਟੈਂਡ ਅਪ ਕਾਮੇਡੀ ਜਿਹੜੀ ਹੈ ਇਹਨਾਂ ਨੇ ਹੀ ਜਿਹੜੀ ਸ਼ੁਰੂ ਕੀਤੀ ਸਟੈਂਡ ਅਪ ਕਾਮੇਡੀ ਦਾ ਦੌਰ ਹੀ ਇਹਨਾਂ ਨੇ ਲਿਆਂਦਾ ਸੋ ਅੱਜ ਕੱਲ ਸਟੈਂਡ ਅਪ ਕਾਮੇਡੀ ਬਹੁਤ ਵੱਡੇ ਲੈਵਲ ਦੇ ਉੱਤੇ ਪਹੁੰਚ ਚੁੱਕੀ ਤੁਸੀਂ ਨੈਟਫਲਿਕਸ ਦੇਖੋ ਤਮਾਮ ਸ਼ੋਅ ਤੁਸੀਂ ਦੇਖੋ ਬੜੀ ਥਾਵਾ ਦੇ ਉਤੇ ਬਹੁਤ ਚਾ ਆ ਗਿਆ ਹੈ ਪੰਜਾਬ ਦੇ ਵਿੱਚ ਇਹ ਚੀਜ਼ ਪੰਜਾਬ ਦੇ ਲੋਕ ਜਿਹੜੇ ਨੇ ਸਟੈਂਡ ਅਪ ਕਾਮੇਡੀ ਦੇ ਵਿੱਚ ਉਸ ਲੈਵਲ ਤੱਕ ਨਹੀਂ ਜਾ ਰਹੇ ਘਟ ਹੈ ਉਹ ਪੱਦਰ ਉਹ ਪਲੇਟਫਾਰਮ ਉਹਨਾਂ ਨੂੰ ਮਿਲ ਨਹੀਂ ਰਿਹਾ ਕੀ ਲੱਗਦਾ ਸ਼ਰਮਾ ਜੀ ਕਿੱਥੇ ਘਾਟ ਨਜ਼ਰ ਆਉਂਦੀ ਹੈ ਟੈਲੈਂਟ ਓਪਰਚ्युनिटी ਜਾਂ ਫਿਰ ਇੰਟਰਸਟ ਦੀ ਨਹੀਂ ਅੱਪਾ ਇਹ ਨਹੀਂ ਕਹਿ ਸਕਦੇ ਬਲਕਿ ਮੈਂ ਕਹੂੰਗਾ ਕਿ ਜਿਹੜੀ ਸਾਡੀ ਪੰਜਾਬੀ ਸਿਨੇਮਾ ਦੀ ਟਰਾਂਸਫਰਮੇਸ਼ਨ ਹੋਈ ਆ ਉਹਦੇ ਵਿੱਚ ਬਹੁਤ ਵੱਡਾ ਰੋਲ ਆ ਕੈਰੀਨ ਜੱਟਾ ਫਿਲਮ ਦਾ ਹਾਂਜੀ ਉਸ ਫਿਲਮ ਨੇ ਮੈਨੂੰ ਲੱਗਦਾ ਕਾਮੇਡੀ ਨੂੰ ਪੰਜਾਬੀ ਸਿਨੇਮਾ ਦੇ ਵਿੱਚ ਇਸ ਮੁਕਾਮ ਤੇ ਪਹੁੰਚਾਤਾ ਕਿ ਹੁਣ ਕਾਮੇਡੀਅਨ ਜੇ ਮੈਂ ਕਹਾਂ ਜਸਵਿੰਦਰ ਭੱਲਾ ਜੀ ਬੀਨੂ ਢਿੱਲੋਂ ਜੀ ਸਾਡੇ ਗੁਰਪ੍ਰੀਤ ਖੁੱਗੀ ਜੀ ਕਰਮਜੀਤ ਅਨਬੋਲ ਜੀ ਬੀ ਐਨ ਸ਼ਰਮਾ ਜੀ ਇਹ ਇੱਡਾ ਵੱਡਾ ਮੁਕਾਮ ਹਾਸਲ ਕਰ ਚੁੱਕੇ ਆ ਕਿ ਪੰਜਾਬੀ ਸਿਨੇਮਾ ਜਿੰਨਤ ਵਗੈਰਾ ਅਧੂਰਾ ਤੇ ਕਾਮੇਡੀ ਨੇ ਜੋ ਜਾਨ ਪਈ ਆ ਜੋ ਵਰਸ਼ਨ ਚੇਂਜ ਕੀਤੇ ਆ ਔਰ ਜੋ ਟਾਈਮਿੰਗ ਮੈਚ ਕੀਤੀ ਆ ਉਹ ਮੈਨੂੰ ਲੱਗਦਾ ਕਿ ਆਪਾਂ ਅੰਡਰਮਾਈਨ ਨਾ ਕਰੀਏ ਹਾਂ ਕਿਉਂਕਿ ਰੀਜਲ ਲੈਂਗੁਏਜ ਹੈ ਘਟ ਬਿਲਕੁਲ ਰੀਜਲ ਲੈਂਗੁਏਜ Netflix ਵਗੈਰਾ ਜੋ ਜਿੰਨੇ ਵੀ ਆਪਣੇ ਜਦੋਂ ਆਪਾਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਜਿਹੜੀ ਮਕਬੂਲੀਅਤ ਭੱਲਾ ਸਾਹਿਬ ਬੀਨੂ ਢਿੱਲੋਂ ਜੀ ਆ ਉਹ ਹਿੰਦੀ ਵਿੱਚ ਜੋ ਕਪਲ ਸ਼ਰਮਾ ਕਰ ਰਿਹਾ ਉਹ ਤੋਂ ਘੱਟ ਨਹੀਂ ਜੀ ਬਿਲਕੁਲ ਬਿਲਕੁਲ ਪੰਜਾਬੀ ਵਿੱਚ ਆਪਣਾ ਮੁਕਾਬਲਾ ਹਾਂਜੀ 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 ਬਿਲਕੁਲ ਇੱਕ ਚੀਜ਼ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੀ ਅਸੀਂ ਜਿੱਥੇ ਗੱਲ ਕਰ ਰਹੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਕਲਾਕਾਰਾਂ ਦੀ ਸਪੈਸ਼ਲੀ ਥੀਏਟਰ ਦੇ ਜਿਹੜੇ ਕਲਾਕਾਰ ਹੈ ਉਹਨਾਂ ਦੀ ਪਾਰਟਿਸਪੇਸ਼ਨ ਜਿਹੜੀ ਹੈ ਬਹੁਤ ਘੱਟ ਨਜ਼ਰ ਆਉਂਦੀ ਹੈ ਕਿਉਂਕਿ ਜ਼ਿਆਦਾਤਰ ਦੇਖਣ ਨੂੰ ਮਿਲ ਰਿਹਾ ਵੀ ਥੀਏਟਰ ਐਕਟਰ ਬਹੁਤ ਘੱਟ ਰਹੇ ਨੇ ਥੀਏਟਰ ਦੇ ਜਿਹੜੇ ਪ੍ਰੋਡਕਟ ਹੈ ਹਮੇਸ਼ਾ ਐਵਰ ਗ੍ਰੀਨ ਹੁੰਦੇ ਨੇ ਕ੍ਰੀਮ ਮੰਨੀ ਜਾਂਦੀ ਹੈ ਪਰ ਉਹ ਇੰਨੇ ਘੱਟ ਆ ਰਹੇ ਨੇ ਹਾਲਾਂਕਿ ਅਦਾਕਾਰੀ ਦੇ ਵਿੱਚ ਕੌਣ-ਕੌਣ ਨੇ ਤੁਸੀਂ ਬ ਦੇ ਆਰਟਿਸਟ ਜਿਹੜੇ ਨੇ ਉਹ ਘਟ ਰਹੇ ਨੇ ਦੇਖੋ ਇਸ ਗੱਲ ਨੂੰ ਤਾਂ ਆਪਾਂ ਸਾਰੇ ਸਹਿਮਤ ਆ ਕਿ ਥੀਏਟਰ ਜਿਹੜੀ ਆ ਉਹ ਕਿਸੇ ਵੀ ਫਿਲਮ ਇੰਡਸਟਰੀ ਜਾਂ ਵੱਡੇ ਕਲਾਕਾਰ ਦੀ ਮਾਂ ਆ ਅਸੀਂ ਜੇ ਬਾਲੀਵੁੱਡ ਦੀ ਗੱਲ ਕਰ ਲਈਏ ਤੇ ਜੋ ਮਕਾਮ नसीरुद्दीन ਸ਼ਾਹ ਸਾਹਿਬ ਨੇ ਓਮਪੁਰੀ ਨੇ ਹਾਂ ਓਮਪੁਰੀ ਅਸਲ ਕੀਤਾ ਐਨਐਸਡੀ ਦਾ ਬਹੁਤ ਵੱਡਾ ਰੋਲ ਆ ਇਹ ਥੀਏਟਰ ਨਿਕਲੇ ਆ ਆਰਟਿਸਟਾਂ ਕਿੱਥੇ ਮਕਾਮ ਹਾਸਲ ਕੀਤਾ ਪੰਜਾਬੀ ਵਿੱਚ ਵੀ ਮੈਂ ਆਪਣਾ ਖੁਦ ਜੀ ਗੈਂਪਲ ਦਵਾ ਆਪਣਾ ਅਸ਼ਰੀ ਜੀ ਮੈਂ ਚੌਥੀ ਚ ਪੜਦਾ ਸੀਗਾ ਜਦੋਂ ਪਿੰਡ ਦੇ ਵਿੱਚ ਗੱਡੇ ਜੋੜ ਕੇ ਸਟੇਜਾਂ ਬਣਾ ਕੇ ਨਾਟਕ ਕਰਾਇਆ ਕਰਦੇ ਸੀਗੇ ਮੈਂ 70 80 ਦੀ ਗੱਲ ਕਰ ਰਿਹਾ ਹੂੰ ਉਦੋਂ ਸਾਡਾ ਲੋਹਿਆ ਨਾਟਕ ਅਲਾ ਕੇਂਦਰ ਸੀਗਾ ਇਨਕਲਾਬੀ ਨਾਟਕ ਖੇਡਦੇ ਸੀਗੇ ਗੁਰਸ਼ਰਨ ਭਾਜੀ ਦੇ ਅਜਮੇਰ ਔਲਖ ਜੀ ਦੇ ਆਤਮਜੀਤ ਜੀ ਦੇ ਉਹ ਨਾਟਕ ਖੇਡਦੇ ਮੈਨੂੰ ਚੌਥੀ ਚ ਪੜਦੇ ਨੂੰ ਇੱਕ ਰੂਪ ਪਸੰਦ ਦਾ ਬੱਚੇ ਦਾ ਰੋਲ ਕਰਨਾ ਮਿਲਿਆ ਨਾਟਕ 'ਚ ਯਾਨੀ ਕਿ ਉਹ ਲੋ ਮੇਰਾ ਚਾਕਾ ਖੁੱਲ ਗਿਆ ਥੀਏਟਰ 'ਚ ਤੇ ਇਸ ਕਰਕੇ ਜਦੋਂ ਯੂਨੀਵਰਸਿਟੀ ਪੜ੍ਹਨ ਗਏ ਤਾਂ ਸਾਡੇ ਪ੍ਰੋਫੈਸਰ ਕੇਸ਼ਵ ਸ਼ਰਮ ਸ਼ਰਮ ਨੇ ਪੁੱਛਿਆ ਕਿ ਭੱਲਾ ਜੀ ਸ਼ਰਮਾ ਜੀ ਦੱਸੋ ਕੱਚ ਭਾਗ ਲਵਾਂਗੇ ਤੇ ਭੱਲਾ ਜੀ ਨੇ ਹੱਥ ਕੀਤਾ ਸਿੰਗਿੰਗ ਮੈਂ ਅੱਥ ਖੜਾ ਕੀਤਾ ਥੀਏਟਰ ਚ ਅੱਛਾ ਜੀ ਡਾਂਸ ਦਾ ਮਿਊਜ਼ਿਕ ਕਲੱਬ ਵਿੱਚ ਅਸੀਂ ਦੋਨਾਂ ਨੇ ਸ਼ੁਰੂ ਕੀਤਾ ਪਰ ਪੱਲਾ ਜੀ ਗਾਉਂਦੇ ਰਹੇ 4-5 ਸਾਲ ਬਹੁਤ ਵਧੀਆ ਪਰ ਥੀਏਟਰ ਵਿੱਚ ਫੇਰ ਪੱਲਾ ਜੀ 81 ਚ ਆ ਕੇ ਜਦੋਂ ਨਾਟਕਾਂ ਵਿੱਚ ਭਾਗ ਲੈਣ ਲੱਗੇ ਹੀ ਗਾਟ ਦਾ ਬੈਸਟ ਐਕਟਰ ਅਵਾਰਡ ਅਜਮੇਰ ਵਾਲਾ ਨਾਟਕ ਸੀ ਮੇਰੇ ਫਾਦਰ ਬਣੇ ਸੀਗੇ ਤਾਂ ਮੈਨੂੰ ਲੱਗਦਾ ਕਿ ਥੀਏਟਰ ਸਾਡੀ ਮਾਂ ਵਾ ਹਾਂਜੀ ਬਿਲਕੁਲ ਅਸੀਂ ਥੀਏਟਰ ਤੋਂ ਮੈਂ ਹੁਣ ਚੰਡੀਗੜ੍ਹ ਸੈਟਲ ਦਾ ਮਹਾਲੀ ਸਾਡੇ ਇੰਨੇ ਅੱਛੇ ਥੀਏਟਰ ਗਰੁੱਪ ਕੰਮ ਕਰ ਰਹੇ ਉੱਥੇ ਔਰ ਆਪਾਂ ਫਿਲਮਾਂ ਦੀ ਗੱਲ ਵੀ ਕਰ ਲਈਏ ਅੱਜ ਦੀ ਡ ਉਹ ਥੀਏਟਰ ਦਾ ਬਹੁਤ ਤਰੰਦਰ ਕਲਾਕਾਰ ਸੀ ਤੇ ਬਨੀ ਬਨੀ ਇਸ ਡੂਇੰਗ ਵੈਰੀ ਗੁੱਡ ਜੌਬ ਇਨ ਪੰਜਾਬੀ ਸਿਨੇਮਾ ਸੋ ਥੀਏਟਰ ਤੋਂ ਜਿਹੜੇ ਨਿਕਲੇ ਹੋਏ ਬੱਚੇ ਆ ਭਗਵੰਤ ਮਾਨ ਜੀ ਜਾਂ ਕਰਮਜੀਤ ਮੋਹਲਾ ਇਹ ਸਾਰੇ ਸਟੇਜਾਂ ਹੀ ਕਰਦੇ ਰਏ ਉਸ ਸਟੇਜਾਂ ਵਿੱਚ ਪੱਕ ਗਏ ਰੜ ਗਏ ਤੇ ਫਿਲਮਾਂ ਚ ਆ ਕੇ ਛਾ ਗਏ ਹਾਂ ਜੀ ਬੇਸਤਵ ਥੀਏਟਰ ਹੀ ਹੈ ਬਿਲਕੁਲ ਬੇਸਤਵ ਥੀਏਟਰ ਹੈ ਇਸੇ ਲਈ ਇਹ बार-बार ਜ਼ਿਕਰ ਕੀਤਾ ਜਾਂਦਾ ਵੀ ਥੀਏਟਰ ਦੇ ਆਰਟਿਸਟ ਇੰਨੇ ਗੁੰਮਖਿਓ ਹੋ ਰਹੇ ਨੇ ਇੱਕ ਟ੍ਰੈਂਡ ਚੱਲ ਗਿਆ ਪੰਜਾਬ ਦੇ ਵਿੱਚ ਵੀ ਜਿਹੜੇ ਸਿੰਗਰ ਨੇ ਉਹੀ ਐਕਟਰ ਬਣਦੇ ਜਾ ਰਹੇ ਨੇ ਉਹੀ ਅੱਗੇ ਆ ਰਹੇ ਨੇ ਫਿਰ ਕੋਈ ਫਰਕ ਨਹੀਂ ਪੈਂਦਾ ਵੀ ਉਹਨਾਂ ਨੂੰ ਅਦਾਕਾਰੀ ਆਉਂਦੀ ਹੈ ਜਾਂ ਨਹੀਂ ਜਾਂ ਕਿੰਨੀ ਕੁ ਆਉਂਦੀ ਹੈ ਥੀਏਟਰ ਆਰਟਿਸਟ ਜਿਹੜੇ ਨੇ ਜਿਹੜੇ ਕਿ ਕ੍ਰੀਮ ਹੁੰਦੇ ਨੇ ਮੈਂ ਜ਼ਿਕਰ ਕੀਤਾ ਜਿਵੇਂ ਪਹਿਲਾਂ ਵੀ ਉਹ ਕਿਤੇ ਨਾ ਕਿਤੇ ਇਹ 트렌ਡੀ ਵਾਲੇ ਤੋਂ ਵਾਲੇ ਜਿਹੜਾ ਘੁੰਮੇ ਜਾਂਦਾ ਇਹਨੂੰ ਕਿਤੇ ਨਾ ਕਿਤੇ ਤਾਂ ਬਦਲਣ ਦੀ ਲੋੜ ਹੈ ਕਿਉਂਕਿ ਜੇ ਉਹ ਕ੍ਰੀਮ ਥੀਏਟਰ ਦੀ ਵਾਪਿਸ ਨਹੀਂ ਆਏਗੀ ਤਾਂ ਜਿਹੜੀ ਇਹ ਇੰਡਸਟਰੀ ਹੈ ਇਹ ਫਿਰ ਤੋਂ ਇੱਕ ਕ੍ਰੈਸ਼ਡ ਪਲੇਨ ਦੀ ਤਰ੍ਹਾਂ ਹੇਠਾਂ ਆਏਗੀ ਤੁਹਾਨੂੰ ਲੱਗਦਾ ਇਹ ਚੀਜ਼ ਦੇਖੋ ਸ਼ਰੀ ਜੀ ਜਿਹੜਾ ਨੇਚਰਲ ਟੈਲੈਂਟ ਹੈ ਨਾ ਹਾਂਜੀ ਉਹ ਕੋਈ ਬੰਦਾ ਦਬਾ ਨਹੀਂ ਸਕਦਾ ਉਹਨੇ ਉੱਭਰ ਕੇ ਸਾਹਮਣੇ ਆਣਾ ਹੀ ਆਣਾ ਮੈਨੂੰ ਲੱਗਦਾ ਕਿ ਜੇ ਇੱਕ ਸਿੰਗਰ ਐਜ਼ ਐਕਟਰ ਜਾਂ ਐਜ਼ ਹੀਰੋ ਅੱਗੇ ਹੁੰਦਾ ਸੁਣੇ ਦੇ ਸੁਹਾਗਾ ਹੁੰਦਾ ਸਾਡੀ ਇੰਡਸਟਰੀ ਵਿੱਚ ਹੁਣ ਜੋ ਦਲਜੀਤ ਸਾਹਜੀ ਨੇ ਜਾਂ ਗਿੱਪੀ ਗਰੇਵਾਲ ਜੀ ਨੇ ਮਕਾਮ ਹਾਸਲ ਕੀਤਾ ਤੇ ਯੰਗਸਟਰ ਮੁੰਡਿਆਂ ਚੋਂ ਜਿਹੜੇ ਨਵੇਂ ਮੁੰਡੇ ਆ ਰਹੇ ਆ ਤੇਵ ਖਰੋੜ ਜੀ ਪਰਮੇਸ਼ਵਰ ਮਾ ਜੀ ਜਿੰਨੇ ਸਾਡੇ ਸਿੰਗਰ ਮੁੰਡੇ ਜਸਰ ਜੀ ਇਹ ਸਿੰਗਰਸ ਨੇ ਪ੍ਰੂਵ ਕਰਤਾ ਕਿ ਦੇ ਜਿਹਨੂੰ ਕਹਿੰਦੇ ਡਬਲ ਮਤਲਬ ਬਲੇਸਿੰਗ ਆ ਕਿ ਸਿੰਗਰ ਤਾਂ ਹੈਗੇ ਆ ਸਿੰਗਿੰਗ ਨੂੰ ਕਰਦੇ ਸਟੇਜ ਸ਼ੋਅ ਲਾਉਂਦੇ ਆ ਕੰਫੀਡੈਂਸ ਲੈਵਲ ਬੜਾ ਅੱਛਾ ਹੁੰਦਾ ਫਿਰ ਜਦੋਂ ਅਮਰਿੰਦਰ ਗਿੱਲ ਨੇ ਉਹਨਾਂ ਨੇ ਜੋ ਕੰਮ ਕੀਤੇ ਜੋ ਫਿਲਮਾਂ ਬਣਾਈਆਂ ਅੰਗਰੇਜ਼ ਵਰਗੀਆਂ ਮੈਨੂੰ ਲੱਗਦਾ ਕਿ ਇਹ ਬਲੇਸਡ ਹੈਗੇ ਆ ਕਿ ਸਾਡੇ ਇਸ ਸਿਨੇਮਾ ਦੇ ਵਿੱਚ ਥੀਏਟਰ ਦੇ ਨਾਲ ਨਾਲ ਜਿਹੜੇ ਸਿੰਗਰ ਅੱਗੇ ਆਏ ਆ ਉਹਨੇ ਪੰਜਾਬੀ ਸਿਮਰ ਰਚ ਕੀਤਾ ਹਾਂਜੀ ਮੈਂ ਤਾਂ ਸਮਝਦਾ ਕਿ ਸਾਡੀ ਇੱਕ ਕਿਸਮਤ ਚੰਗੀ ਆ ਕਿ ਇਹ ਬੱਚੇ ਅੱਛਾ ਪਰਫਾਰਮ ਕਰ ਰਹੇ ਆ ਐਂਡ ਆਈ ਵਿਸ਼ ðiਮ ਆਲ ði ਬੈਸਟ ਹੂੰ ਜੀ ਪੰਜਾਬੀ ਫਿਲਮਾਂ ਦੀ ਇੱਥੇ ਗੱਲ ਕਰ ਲਈਏ ਤਾਂ ਸ਼ੈਲਫ ਲਾਈਫ ਜਿਹੜੀ ਹੈ ਇਹਨਾਂ ਦੀ ਬਹੁਤ ਜ਼ਿਆਦਾ ਘਟਦੀ ਜਾ ਰਹੀ ਹੈ ਪਹਿਲਾਂ ਅਸੀਂ ਦੇਖਦੇ ਸੀਗੇ ਫਿਲਮਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਫੇਰ ਵੀ ਸ਼ੈਲਫ ਲਾਈਫ ਕਿਤੇ ਨਜ਼ਰ ਆਉਂਦੀ ਸੀ ਅਸੀਂ ਇੱਥੇ ਵੀ ਬਾਲੀਵੁੱਡ ਦਾ ਜ਼ਿਕਰ ਕਰਾਂਗੇ ਬਾਲੀਵੁੱਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਕਈ ਕਈ ਕਰੈਕਟਰ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਸਦਾ ਬਹਾਰ ਹੁੰਦੇ ਨੇ ਔਰ ਹਮੇਸ਼ਾ ਯਾਦ ਕੀਤੇ ਜਾਂਦੇ ਨੇ ਜਿੱਤੇ ਐਗਜ਼ਾਮਪਲ ਦੇ ਤੌਰ ਤੇ ਮੈਂ ਜ਼ਰੂਰ ਕਹਿ ਸਕਦੀਆਂ ਕਿ ਜਿਹੜੇ ਕਿ ਹੁਣ ਜਸਵਿੰਦਰ ਪੱਲਾ ਜੀ ਆ ਉਹਨਾਂ ਦਾ ਕਰੈਕਟਰ ਬਹੁਤ ਮਸ਼ਹੂਰ ਹੁੰਦੇ ਨੇ ਯਾਦ ਕੀਤੇ ਜਾਂਦੇ ਨੇ ਔਰ ਮ ਪਰ ਫਿਰ ਵੀ ਸ਼ੈਲਫ ਲਾਈਫ ਬਹੁਤ ਘਟਦੀ ਜਾ ਰਹੀ ਹੈ ਇੱਕ ਵਾਰੀ ਇੱਕ ਮੂਵੀ ਦੇਖ ਲੋ ਤਾਂ ਬਹੁਤ ਰੇਅਰ ਹੁੰਦਾ ਵੀ ਉਹਨੂੰ ਦੁਬਾਰਾ ਦੇਖਿਆ ਜਾਵੇ ਤੇ ਸੇਮ ਕੈਰੈਕਟਰ ਵੀ ਜਿਹੜੇ ਨੇ ਉਹ ਯਾਦ ਲੰਬੇ ਸਮੇਂ ਤੱਕ ਕੀਤੇ ਜਾਣ ਤੁਹਾਨੂੰ ਲੱਗਦਾ ਹੈ ਤੇ ਇਹਦਾ ਕੀ ਤੁਸੀਂ ਮੇਨ ਕਾਰਨ ਮੰਨਦੇ ਹੋ ਦੇਖੋ ਸ਼ੈਲਫ ਲਾਈਫ ਤਾਂ ਜੇ ਤੁਸੀਂ ਕਾਮੇਡੀ ਦੀ ਗੱਲ ਕਰਦੇ ਹੋ ਤਾਂ ਸ਼ੈਰੀ ਜੀ ਆਪਾਂ ਸਾਰੇ ਇਸ ਗੱਲ ਦੇ ਗਵਾਹ ਆ ਕਿ ਜੇ ਕੋਈ ਬੰਦਾ ਹੀਰ ਵਧੀਆ ਗਾਉਂਦਾ ਨਾ ਆਪਾਂ ਫਰਮੈਸ਼ ਕਰਾਂਗੇ ਦੁਬਾਰਾ ਸੁਣਾ ਇੱਕ ਵਾਰੀ ਹੋਰ ਹੀਰ ਸੁਣਾ ਪਰ ਕਦੀ ਆਪਾਂ ਨਹੀਂ ਕਹਿੰਦੇ ਟੁਟਕਲਾ ਦੁਬਾਰਾ ਸੁਣਾ ਹਾਂਜੀ ਕਾਮੇਡੀ ਆਲਵੇਜ਼ ਨੀਡ ਇਨੋਵੇਸ਼ਨ ਹਾਂ ਨਿਊਨੈਸਨੈਸ ਜੇ ਕਾਮੇਡੀ ਵਿੱਚ ਨਵਾਂ ਪੱਨ ਨਹੀਂ ਹੋਊਗਾ ਤਾਂ ਉਹ ਕਾਮੇਡੀ ਕਾਦੀ ਆ ਯਾਨੀ ਕ੍ਰੀਏਟੀਵਿਟੀ ਆ ਤੇ ਮੈਂ ਸਮਝਦਾ ਕਿ ਜਸਵਿੰਦਰ ਭੱਲਾ ਜੀ ਬlesd ਆ ਕਿ ਉਹਨਾਂ ਦੀ ਨਾ ਸਿਰਫ ਕ੍ਰੀਏਟੀਵਿਟੀ ਬਟ ਸਪੌਂਟੈਨਿਟੀ ਤੇ ਪ੍ਰੈਜੈਂਟੇਸ਼ਨ ਹਾਂਜੀ ਇਹ ਬੜਾ ਇੰਪੋਰਟੈਂਟ ਗੱਲ ਆ ਗੱਲ ਔਰਨਾ ਤੇ ਗੱਲ ਨੂੰ ਮੌਕੇ ਤੱਕ ਪੇਸ਼ ਕਰ ਲੈਣਾ ਇਹ ਚੀਜ਼ਾਂ ਬਹੁਤ ਘੱਟ ਪਰਸਨੈਲਿਟੀ ਚ ਹੁੰਦੀਆਂ ਉਹਨਾਂ ਦੀ ਜਿਹੜੀ ਇਹ ਉਹਨਾਂ ਨੂੰ ਗੋਡ ਬlesਸਿੰਗ ਆਏ ਕਿ ਉਹ ਜਿਹੜੀ ਮਤਲਬ ਫਿਲਮ ਦੇ ਵਿੱਚ ਵੀ ਰੋਲ ਕਰਦੇ ਆ ਆਪਣਾ ਮੈਂ ਤਾਂ ਬਹੁਤ ਧਨੇੜੀ ਉਹਨਾਂ ਦੇ ਆਪਣਾ ਸ਼ੈਰੀ ਜੀ ਉਹ ਸਕ੍ਰਿਪਟ ਤੋਂ ਬਾਹਰ ਹੋ ਕੇ ਇੰਪਰੋਵਾਈਜ਼ ਕਰਕੇ ਉਹ ਜਿਹੜਾ ਇੱਕ ਸਿੰਗਲ ਲਾਈਨਰ ਜਾਂ ਸਿਗਨੇਚਰ ਲਾਈਨ ਜਾਂ ਤੱਕਿਆ ਕਲਾਮ ਉਹ ਘੜਦੇ ਆ ਉਹ ਲੋਕਾਂ ਦੇ ਦਿਲਾਂ ਵਿੱਚ ਕਈ-ਕਈ ਸਾਲ ਵਸਦਾ ਤੁਸੀਂ ਕਹਿੰਦੇ ਰਿਪੀਟ ਵੈਲਿਊ ਮੈਨੂੰ ਲੱਗਦਾ ਕਿ ਜੇ ਉਹ ਕਾਲਾ ਕੋਟ ਐਵੇਂ ਨਹੀਂ ਪਾਇਆ ਜਿਹੜੀ ਉਹ ਕਹਿੰਦੇ ਹੁੰਦੇ ਆ ਗੰਦੀ ਲਾ ਦੇਣਾ ਮਜ਼ਾ ਦਾ ਸਵਾਦ ਇਹ ਗਨਤ ਲੋਕਾਂ ਦੇ ਦਿਲਾਂ ਵਿੱਚ ਵਸਦੀਆਂ ਜੀ ਇਹਦੀ ਬੜੀ ਸੈਲਫ ਲਾਈਫ ਆ ਜੀ 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 ਯਾਨੀ ਫਿਲਮ ਜਿਹੜੀ ਇਹ ਭਾਵੇਂ 2-4-5 ਹਫ਼ਤੇ ਚੱਲਦੀ ਆ ਪਰ ਡਾਇਲੌਗ ਤਾਂ ਸਾਰੀ ਉਮਰ ਚੱਲਦੇ ਆ ਚੱਲਦੇ ਚੱਲਦੇ ਰਹਿਣਗੇ ਤੁਹਾਨੂੰ ਸਮਝ ਜੀ ਕਾਮੇਡੀ ਦੇ ਲੈਵਲ ਨੂੰ ਅੱਜ ਭਲਾ ਜੀ ਮਾਫ ਕਰਨਾ ਸ਼ਰਮਾ ਜੀ ਕਿੱਥੇ ਦੇਖਦੇ ਹੋ ਕਾਮੇਡੀ ਦਾ ਲੈਵਲ ਹੁਣ ਜਿਵੇਂ Netflix ਦਾ ਵੀ ਦੌਰ ਆ ਚੁੱਕਿਆ ਹੈ ਜਿਹੜੀਆਂ ਚੋਰ ਚ ਕਮੇਡੀ ਨੂੰ ਸੁਣ ਰਹੀ ਤੁਸੀਂ ਬੀਨੂ ਢੱਲੋ ਦਾ ਜ਼ਿਕਰ ਕੀਤਾ ਕੁਝ ਡਾਇਲੋਗ ਵਾਕਏ ਬਹੁਤ ਉਹਨਾਂ ਦੇ ਫੇਮਸ ਹੁੰਦੇ ਨੇ ਲੋਕ ਪਸੰਦ ਵੀ ਕਰਦੇ ਨੇ ਪਰ ਇਹਨੂੰ ਅੱਗੇ ਵਧਾਉਣ ਦੇ ਲਈ ਹੋਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੁਹਾਨੂੰ ਉਹ ਕੋਸ਼ਿਸ਼ਾਂ ਕੀ ਲੱਗਦੀਆਂ ਨੇ ਕਿ Netflix ਲੈਵਲ ਦੇ ਉੱਤੇ ਵੀ ਕੁਝ ਹੋਣਾ ਚਾਹੀਦਾ ਦੇਖੋ ਜਦੋਂ ਆਪਾਂ ਵੈਬ ਸੀਰੀਜ਼ ਬਣਾਉਣ ਲੱਗ ਪਏ ਹੁਣ ਲੇਟੈਸਟ ਸਮੀਪ ਕੰਗਜੀ ਨੇ ਪੱਲਾ ਜੀ ਨੂੰ ਲੈ ਕੇ ਲੜਕਾ ਬੱਬਲ ਰਾਏ ਉਹਨੂੰ ਲੈ ਕੇ ਇੱਕ ਵੈਬ ਸੀਰੀਜ਼ ਬਣਾਈ ਕੀ ਬਨੂ ਪੁਨੀਆ ਦਾ ਵੀ ਕਿਸ਼ਤਾ ਉਹ ਇੰਨਾ ਕਿ ਹਿੱਟ ਜਾ ਰਿਹਾ ਵਾ ਉਹ ਵੈਬ ਸੀਰੀਜ਼ ਆ ਉਹ ਨੈਟਫਲਿਕਸ ਹੀ ਪੰਜਾਬ ਦਾ ਜਣੀ ਇਦਾਂ ਦੇ ਸਾਡੇ ਆਪਣੇ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਪਲੈਟਫਾਰਮ ਡਵੈਲਪ ਹੋ ਗਏ ਚਾਹੇ ਉਹ ਆਪਣੇ ਇਹਨਾਂ ਨੇ ਆਪਣਾ ਪਟਾਰਾ ਵਾਲਿਆਂ ਨੇ ਸ਼ੁਰੂ ਕੀਤਾ ਚਪਾਲ ਉਹਦੇ ਨਾਲ ਇਹ ਨੈਟਫਲਿਕਸ ਤਾਂ ਮੈਂ ਅੱਗੇ ਇੰਟਰਸਟਲ ਮੀਡੀਆ ਚਲੋ ਇੰਗਲਿਸ਼ ਹਾਲੀਵੁੱਡ ਬਾਲੀਵੁੱਡ ਹਾਵੀ ਆ ਬਟ ਪੋਲੀਵੁੱਡ ਵਿੱਚ ਵੀ ਜਿਹੜੇ ਚੈਨਲ ਆ ਰਹੇ ਆ ਟਾਈਮ ਲੱਗ ਰਿਹਾ ਹੁਣ ਤੁਸੀਂ ਦੇਖੋ ਜੀ5 ਦੇ ਉੱਪਰ ਫਿਲਮ ਆਈ ਸੀਗੀ ਸਾਡੀ ਜਿਹੜੀ ਭੱਲਾਜੀ ਤੇ ਬਿੰਨੂ ਟੈਲੋਜੀ ਦਾ ਭੱਲੇ ਦਾ ਬੇਟਾ ਪਖਰਾਜ ਭੱਲਾ ਹੈਗਾ ਔਰ ਕਰੀਰ ਦੇ ਅੰਬੋਲ ਹੈ ਗਿਆ ਜਿੰਨੇ ਜਮੇ ਸਾਰੇ ਨਕਮੇ ਉਸ ਛਿਣ ਵਿੱਚ ਆਈ ਨਹੀਂ ਹਾਂਜੀ ਉਹ ਜੀ 5 ਤੇ ਆਈ ਔਰ ਫਿਲਮ ਬੜਾ ਕਮਾਲ ਕਰਕੇ ਗਈ ਹੈ ਯਾਨੀ ਮੈਂ ਸਮਝਦਾ ਕਿ ਸ਼ੇਪ ਚੇਂਜ ਆ ਰਿਹਾ ਵਾ ਸਾਨੂੰ ਸਮੇਂ ਤੋਂ ਤੱਕ ਬਦਲਣਾ ਪੈਣਾ ਅਸੀਂ ਵੀ ਵੈਬ ਸੀਰੀਜ਼ ਜ਼ਰੀਏ ਆਪਣੀ ਕਮੇਡੀ ਨੂੰ ਹੋਰ ਅੱਗੇ ਲਿਜਾਣ ਲਈ ਪੂਰੇ ਤਤਪਰ ਹਾਂ ਜੀ ਸਮਝ ਇੱਕ ਚੀਜ਼ ਹੋਰ ਤੁਹਾਡਾ ਸਾਨੂੰ ਉਹ ਵੀ ਸਮਾਂ ਯਾਦ ਆ ਜਦੋਂ ਤੁਸੀਂ ਪੋਲਿਟੀਕਲ ਮੁੱਦਿਆਂ ਨੂੰ ਨਾ ਬੜਾ ਹੀ ਸਿਆਸਤ ਕਹਿ ਸਕਦਾ ਵੀ ਪੋਲਿਟੀਕਲ ਮੁੱਦਿਆਂ ਨੂੰ ਬੜਾ ਹੀ ਕਾਮੇਡੀ ਦੇ ਵਿੱਚ ਕਨਵਰਟ ਕਰਕੇ ਤੁਸੀਂ ਬੋਲ ਦਿੰਦੇ ਸੀ ਜਿਹਦਾ ਨੋ ਡਾਊਟ ਤੁਹਾਨੂੰ ਖਮਿਆਜ਼ਾ ਵੀ ਕਈ ਵਾਰ ਭੁਗਤਣਾ ਪਿਆ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਹੁਣ ਕੀ ਲੱਗਦਾ ਹੁਣ ਤਾਂ ਤੁਹਾਡੇ ਆਪਣੇ ਆਰਟਿਸਟ ਭਗਵੰਤ ਮਾਨ ਵੀ ਮੁੱਖ ਮੰਤਰੀ ਬਣ ਗਏ ਨੇ ਕੀ ਲੱਗਦਾ ਲੱਗਦਾ ਕਿ ਕਦੀ ਉਹਨਾਂ ਦੀ ਸਿਆਸਤ ਨੂੰ ਵੀ ਕਾਮੇਡੀ 'ਚ ਕਨਵਰਟ ਕਰੋਗੇ ਦੇਖੋ ਖਮਿਆਜ਼ੇ ਵਾਲੀ ਤਾਂ ਪਹਿਲੀ ਕੋਈ ਗੱਲ ਨਹੀਂ ਮੈਂ ਸਹਿਮਤ ਕਿਉਂਕਿ ਜਿਹੜੀ ਕਈ ਵਾਰੀ ਅਸੀਂ 2003 ਦੀ ਤੁਸੀਂ ਅਸੀਂ ਉਹਨੂੰ ਇਹ ਕਿਹਾ ਸੀਗਾ ਇਟਸ ਅ ਕਾਮੇਡੀ ਆਊਟ ਆਫ ਟ੍ਰੈਜੇਡੀ ਜੀ ਬਿਲਕੁਲ ਯਾਨੀ ਅਸੀਂ ਸੋਚਿਆ ਕਿ ਜਿਹੜਾ ਉਹ ਕਿਸੇ ਅਫਸਰ ਨੇ ਬਟ ਸੀਐਮ ਸਾਹਿਬ ਤਾਂ ਉਸ ਵੇਲੇ ਦੇ ਬਿਲਕੁਲ ਸਹਿਮਤੀ ਸੀ ਜੋ ਵੀ ਹੋਇਆ ਬਟ ਅਫਸਰ ਨੇ ਕੋਈ ਗਲਤੀ ਕੀਤੀ ਸੀ ਉਹਨੇ ਮਾਫੀ ਵੀ ਮੰਗ ਲਈ ਅਪੋਲੋਜਾਈਜ਼ ਕਰਕੇ ਅਖਬਾਰਾਂ 'ਚ ਆ ਗਿਆ ਵੀ ਹਮ ਸਖਤੀ ਅਪੋਲੋਜਾਈਜ਼ ਜੀ ਉਹ ਗੱਲ ਖਤਮ ਵੀ ਹੋ ਗਈ ਬਟ ਅਸੀਂ ਐਜ਼ ਕਾਮੇਡੀਅਨ ਹੂੰ ਉਸ ਤੋਂ ਬਾਅਦ ਬਹੁਤ ਸਟਰੋਂਗ ਹੋ ਕੇ ਆਈ ਨੋ ਆਈ ਨੋ ਤੁਹਾਡੇ ਉਸ ਤੋਂ ਬਾਅਦ ਦੀਆਂ ਵੀ ਅਸੀ ਚੀਜ਼ਾਂ ਦੇ ਪਰ ਇਸ ਇਹ ਗੱਲ ਸਾਰੇ ਮੰਨਦੇ ਨੇ ਪੰਜਾਬੀ ਵੀ ਉਹ ਨਹੀਂ ਹਟੇ ਸੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਔਰ ਇੱਕ ਜੈਨੂਨ ਤਰੀਕੇ ਦੇ ਨਾਲ ਜਿਹੜਾ ਕਾਮੇਡੀ ਚ ਪੇਸ਼ ਕਰਕੇ ਚੀਜ਼ਾਂ ਨੂੰ ਪ੍ਰੈਜ਼ੈਂਟ ਕੀਤਾ ਸੀ ਉਸ ਵੇਲੇ ਸਾਨੂੰੜੀ سپورਟ ਮਿਲੀ ਸੀ ਸਾਡੇ ਸਵਰਗਵਾਸੀ ਸਾਡੇ ਬਹੁਤ ਰਿਸਪੈਕਟਡ ਸਾਰਿਆਂ ਦੇ ਜਿਸਪਾਲ ਪੱਟੀ ਜੀ ਹਾਂਜੀ ਭਗਵੰਤ ਮਾਨ ਜੀ ਗੁਰਪ੍ਰੀਤ ਖੁੱਗੀ ਜੀ ਇਹ ਸਾਰੇ ਚਟਾਨੂ ਖੜਗੇ ਸੀ ਕਿ ਇਹਨਾਂ ਦੇ ਬਲਕਿ ਬਿਆਨ ਆਏ ਸੀਗੇ ਕਿ ਨੌ should we need the approval of uh, chief secretary or uh, ps to cm mm -hmm. for mm -hmm. doing committee mm -hmm. it is a expression of uh, mm -hmm. uh, ਅਪਾ ਰਾਈਟ ਆਪਣਾ ਕਿ ਆਪਾਂ ਜੀ ਸਪੀਚ ਨਹੀਂ ਬੋਲ ਨਹੀਂ ਸਕਦੇ ਆਪਾਂ ਤਾਂ ਫਾਇਦਾ ਕੀ ਆ ਤਾਂ ਉਹਨਾਂ ਨੇ ਜੋ ਸਾਨੂੰ ਮੀਡੀਆ ਨੇ ਸਪੋਰਟ ਕੀਤੀ ਸੀ ਉਸ ਕਰਕੇ ਜਿਹੜਾ ਅਸੀਂ ਚਾਚਾ ਸੁਦਰ ਗਿਆ ਪੇਸ਼ ਕੀਤਾ ਸਰਗਟਾ ਉਹ ਤਾਂ 5 ਗੁਣਾ ਵੱਧ ਵਿਕਿਆ ਬਿਲਕੁਲ ਬਿਲਕੁਲ ਸੋ ਬੱਲਾ ਤਾਂ ਕਮੇਡੀ ਦੇ ਵਿੱਚ ਵਿਅੰਗ ਦੇ ਵਿੱਚ ਕਈ ਗੱਲ ਜਿਹੜੀ ਆ ਸਾਰੇ ਪੋਲੀਟਿਸ਼ੀਅਨ ਅੰਡਰਸਟੈਂਡ ਕਰਦੇ ਤੁਸੀਂ ਤਾਂ ਹੁਣ ਨਾਰਥ ਅਮਰੀਕਾ ਚ ਆਪਾਂ ਦੇਖਦੇ ਆਂ ਪ੍ਰੈਜ਼ੀਡੈਂਟ ਆਫ ਯੂਐਸ ਦੇ ਵਿੱਚ ਕੋਲ ਖੜਾ ਕੇ ਪਾਕਿਸਤਾਨ ਤੁਸੀਂ ਦੇਖ ਲਓ ਵੱਡੇ ਵੱਡੇ ਜਿਹੜੇ ਪੋਲੀਟਿਸ਼ੀਅਨਲ ਵਿੱਚ ਖੜਾ ਕੇ ਕਿੰਨੀ ਕਮੇਡੀ ਕਰ ਜਾਂਦੇ ਆ ਅਸੀਂ ਤਾਂ ਬਲਕਿ ਥੋੜਾ ਜਿਹਾ ਅਜੇ ਪਿੱਛ ਮੈਨੂੰ ਲੱਗਦਾ ਕਿ ਕਮੇਡੀ ਜਾਂ ਵਿਅੰਗ ਵਿੱਚ ਕਈ ਗੱਲ ਜਿਆਦਾ ਅਸਰ ਕਰਦੀ ਆ ਔਰ ਲਾਸਟਿੰਗ ਹੁੰਦੀ ਆ ਬਿਲਕੁਲ ਸੋ ਸੇ ਮੇਰਾ ਸਵਾਲ ਸੀਗਾ ਕਿ ਜਿਵੇਂ ਹੁਣ ਤਾਂ ਤੁਹਾਡੇ ਆਪਣੇ ਵਿਚਲੇ ਸਾਥੀ ਜਿਹੜੇ ਭਗਵੰਤ ਮਾਨ ਜੀ ਸੋ ਕੀ ਲੱਗਦਾ ਵੀ ਕਦੀ ਉਹਨਾਂ ਦੀ ਸਿਆਸਤ ਨੂੰ ਵੀ ਤੁਸੀਂ ਕਿਸੇ ਤਰੀਕੇ ਨਾਲ ਕਮੇਡੀ ਚ ਪ੍ਰੈਜੈਂਟ ਕਰੋਗੇ ਦੇਖੋ ਗੱਲ ਇਹ ਆ ਭਗਵੰਤ ਮਾਨ ਜੀ ਨੇ ਕਮੇਡੀ ਜ਼ਰੀਏ ਨਾ ਸਿਰਫ ਸਾਰਥਕ ਸੰਦੇਸ਼ ਦਿੱਤੇ ਜੀ ਉਹਨਾਂ ਨੇ ਉਸ ਕਮੇਡੀ ਚੋਂ ਆਮ ਬੰਦੇ ਦੀ ਗੱਲ ਕਰਕੇ ਇੱਕ ਆਮ ਆਦਮੀ ਪਾਰਟੀ ਰ ਉੱਭਰ ਕੇ ਕਿਸੇ ਦੇ ਕੋ ਸਿੱਦੇ ਪੰਚਿਆ ਤੇ ਸੰਵੇਦਨਸ਼ੀਲਤਾ ਕਰਕੇ ਕਲਾਕਾਰ ਜਿਹੜੇ ਨਾ ਉਹ ਜਿਆਦਾ ਸਮਾਜ ਦੇ ਨੇੜੇ ਹੁੰਦੇ ਆ ਉਹ ਭਾਵਨਾਵਾਂ ਸਮਝਦੇ ਆ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਚੇਂਜ ਹੈਗੀ ਆ ਵੈਲਕਮ ਚੇਂਜ ਆ ਅਸੀਂ ਸਮਾ ਦੇ ਕੇ ਦੇਖੀਏ ਉਹਨਾਂ ਦੀਆਂ ਭਾਵਨਾਵਾਂ ਤੇ ਕੋਈ ਸ਼ੱਕ ਨਹੀਂ ਕਰਦਾ ਬੜਾ ਅੱਛੀ ਤਰ੍ਹਾਂ ਕੰਮ ਉਹਨਾਂ ਨੇ ਸ਼ੁਰੂ ਕਰ ਲਿਆ ਆਪਾਂ ਮੇਰੀ ਆਪਣੀ ਬੇਨਤੀ ਆ ਕਿ ਲੈਟਸ ਵੇਟ ਐਂਡ ਵਾਚ ਜੀ ਹੀ ਸ਼ੁੱਡ ਹੀ ਸ਼ੁੱਡ ਬੀ ਅਲਾਉਡ ਟੂ ਪਰਫਾਰਮ ਜੀ ਬਿਲਕੁਲ ਕਿਉਂਕਿ ਜਿਹੜੀਆਂ ਲੱਤਾਂ ਖਿੱਚੀਆਂ ਉਹ ਕਿਸੇ ਹੱਦ ਤੱਕ ਚੰਝਦੀਆਂ ਪਰਫਾਰਮ ਪਹਿਲਾਂ ਪਰਫਾਰਮੈਂਸ ਦੇਣੀ ਚਾਹੀਦੀ ਉਹਨਾਂ ਨੇ ਬਿਆਨ ਵੀ ਦਿੱਤਾ ਸੀਗਾ ਕਿ ਮੈਂ ਤਾਂ ਤਿੰਨ ਕੁ ਮਹੀਨੇ ਪੁਰਾਣੀ ਸਰਕਾਰਾਂ ਤੈਨੂੰ ਨਹੀਂ ਬੱਚਾ ਦੰਦ ਨਹੀਂ ਕਰਦਾ ਮੈਂ ਦੰਦੀਆਂ ਵੱਢਣ ਲੱਗ ਗਿਆ ਬਿਲਕੁਲ ਬਿਲਕੁਲ ਸੋ ਕਹਿੰਦਾ ਭਾਵਾ ਵੀ ਵਾਂਟਸ ਟੂ ਪਰਫਾਰਮ ਬਿਲਕੁਲ ਹੂੰ ਸੋ ਸ਼ਰਮਾ ਜੀ ਇੱਕ ਚੀਜ਼ ਹੋਰ ਸੀਗੀ ਕਿ ਜਦੋਂ ਪੱਲਾ ਜੀ ਦਾ ਜ਼ਿਕਰ ਆਉਂਦਾ ਹੁਣ ਹਰ ਪਰਿਵਾਰ ਦਾ ਡਾਕਟਰ ਦਾ ਬੱਚਾ ਡਾਕਟਰ ਬੰਦਾ ਹੈ ਟੀਚਰ ਦਾ ਬੱਚਾ ਟੀਚਰ ਬੰਦਾ ਹੈ ਸੋ ਪੱਲਾ ਜੀ ਦੇ ਜਿਹੜਾ ਬੇਟਾ ਉਹ ਵੀ ਮੂਵੀਜ਼ ਦੇ ਵਿੱਚ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਨੇ ਸੋ ਤੁਹਾਡੇ ਬੱਚਿਆਂ ਦਾ ਵੀ ਹਮੇਸ਼ਾ ਸਾਰੇ ਪੁੱਛਦੇ ਨੇ ਵੀ ਸ਼ਰਮਾ ਜੀ ਦੇ ਬੱਚੇ ਜਿਹੜੇ ਨੇ ਕੀ ਉਹ ਇੰਡਸਟਰੀ ਨਾਲ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਨੇ ਜਾਂ ਥੀਏਟਰ ਨਾਲ ਜੁੜੇ ਹੋਏ ਨੇ ਦੇਖ ਬੱਚਿਆਂ ਦਾ ਮੇਰਾ ਮੇਰਾ ਬੇਟਾ ਹਿਮਾਂਕ ਮੇਰੀ ਬੇਟੀ ਇਬਨਾ ਉਹਨਾਂ ਦਾ ਇੱਕ ਸਕੂਲ ਲੈਵਲ ਤੱਕ ਸ਼ੌਕ ਸੀ ਸਾਡੇ ਛੰਕਾਟਿਆ ਚ ਉਹ ਭਾਗ ਵੀ ਲੈਂਦੇ ਰਿਹਾ ਬਟ ਜਦੋਂ ਉਹ ਵੱਡੀਆਂ ਪੜਾਈਆਂ ਚ ਪਏ ਬੇਟੇ ਨੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੀ ਪੈਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਿਗਰੀ ਕੀਤੀ ਫਿਰ 7-8 ਸਾਲ ਉਹਨੇ ਡਿਵੈਲਪਮੈਂਟ ਸੈਕਟਰ ਸਿਸਟਮ ਕੰਮ ਕੀਤਾ ਉਹਨੂੰ ਵਰਕਲੇ ਵਿੱਚ ਐਮਬੀਏ ਕਰ ਰਿਹਾ ਉਹਦਾ ਇੰਟਰਸਟ ਐਬਨੀ ਹਾਇਰ ਐਜੂਕੇਸ਼ਨ ਕਰਕੇ ਉਹ ਜਿਹੜੀਆਂ ਸੋਸ਼ਲ ਸੈਕਟਰ ਦੀ ਜੌਬਸ ਕਰਨ ਚਾਹ ਬੇਟੀ ਨੇ ਆ ਕੇ ਦਿੱਲੀ ਯੂਨੀਵਰਸਿਟੀ ਚ ਗ੍ਰੈਜੂਏਟ ਕਰਕੇ ਇੱਕ ਅਮਰੀਕਾ ਦੀ ਵੱਡੀ ਕੰਪਨੀ ਚ ਕੰਸਲਟੈਂਸੀ ਕੀਤੀ ਫਿਰ ਉਹ ਸ਼ਿਕਾਗੋ ਚ ਐਮਬੀਏ ਕਰ ਰਹੀ ਆ ਉਹਦਾ ਵੀ ਆਪਣਾ ਵਿਚਾਰ ਆ ਕਿ ਮੈਂ ਕੰਸਲਟੈਂਸੀ ਫੀਲਡ ਚ ਅਗੇ ਗਰੋ ਕਰਨਾ ਸੋ ਮੈਨੂੰ ਲੱਗਦਾ ਕਿ ਫ੍ਰੀडम ਤਾਂ ਬੱਚਿਆਂ ਨੂੰ ਦੇਣੀ ਚਾਹੀਦੀ ਆ ਐਂਡ ਆਮ ਹੈਪੀ ਕਿ ਦੇ ਆਰ ਪਰਸੂਇੰਗ ਦੇਅਰ ਕੈਰੀਅਰ ਟੂ ਦੇਅਰ ਸੈਟੀਸਫੈਕਸ਼ਨ ਐਂਡ ਮਾਈ ਵਾਈਫ ਐਂਡ ਵੀ ਵੀ ਆਰ ਵੈਰੀ ਹੈਪੀ ਵਿਦ देयर ਗਰੋਥ ਜੀ ਸ਼ਮਾ ਇੱਕ ਚੀਜ਼ ਹੋਰ ਸੀਗੀ ਕਿ ਜਦੋਂ ਤੁਸੀਂ ਇੱਕ ਐਂ ਉਹ ਵਾਲੀ ਕਾਮੇਡੀ ਨੂੰ ਪ੍ਰੈਜ਼ੈਂਟ ਕੀਤਾ ਜਿਹੜੀ ਕਿ ਵਾਕਈ ਲੋਕਾਂ ਨੂੰ ਚਾਹੀਦੀ ਸੀਗੀ ਉਹਦਾ ਰੁਖ ਕਿਵੇਂ ਕਿਵੇਂ ਤੁਸੀਂ ਸਮੇਂ ਦੇ ਹਿਸਾਬ ਦੇ ਨਾਲ ਬਦਲਿਆ ਉਹ ਇੱਕ ਬਾਖੂਬੀ ਟੈਲੈਂਟ ਹੈ ਜਿਹੜਾ ਮੈਨੂੰ ਲੱਗਦਾ ਕਿਸੇ ਚ ਕਦੀ ਨਹੀਂ ਆ ਸਕਦਾ ਉਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਸੀ ਤੁਸੀਂ ਜਦੋਂ ਭੰਡਾ ਵਾਲੀ ਕਾਮੇਡੀ ਕੀਤੀ ਨਾ ਸਿਰਫ ਤੁਸੀਂ ਲੋਕਾਂ ਨੂੰ ਇਹ ਦਿਖਾਇਆ ਵੀ ਕਾਮੇਡੀ ਸਿਰਫ ਭੰਡਾ ਤੱਕ ਸੀਮਿਤ ਆ ਬਲਕਿ ਇੱਕ ਕਮਰਸ਼ੀਅਲ ਵੀ ਕਿਉਂਕਿ ਛਨਕਾਟੇ ਨੂੰ ਸਾਰੇ ਜਾਣਦੇ ਹਰ ਪਲੇਟਫਾਰਮ ਦੇ ਉੱਤੇ ਬਹੁਤ ਵਿਕਿਆ ਚੰਗਾ ਟਾ ਵੱਡੇ ਲੈਵਲ ਦੇ ਉੱਤੇ ਸੋ ਇੱਕ ਕਮਰਸ਼ੀਅਲ ਚੀਜ਼ ਨੂੰ ਵੀ ਤੁਸੀਂ ਨਾਲ ਦੀ ਨਾਲ ਦਿਖਾਇਆ ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸ਼ਰੀ ਜੀ ਬੇਸਿਕਲੀ ਕੀ ਹੈ ਕਿ ਅਸੀਂ ਕਾਮੇਡੀ ਜਿਹੜੀ ਜਿੰਨੀ ਵੀ ਕੋਸ਼ਿਸ਼ ਕੀਤੀ ਸਰ ਜੀ ਆ ਉਹਦੇ ਵਿੱਚ ਅਸੀਂ ਇੱਕ ਸਾਰਥਕ ਸੁਨੇਹਾ ਜਿਹੜਾ ਚਾਹੇ ਕਰਪਸ਼ਨ ਦੇ ਖਿਲਾਫ ਚਾਹੇ ਸਮਾਜਿਕ ਬਰਾਈਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਟਾਰਗੇਟ ਕੀਤਾ ਤੇ ਸਾਡੀ ਆਪਣੀ ਜੀ ਲਾਈਫ ਆ ਮੇਰੇ ਤੇ ਪੱਲ ਅਝਦੀ ਉਹ ਵੀ ਅਸੀਂ ਕਹਿੰਦੇ ਛੱਜਤਾ ਬੋਲੇ ਛਾਨਣੀ ਕਿ ਬੋਲੇ ਜੇ ਅਸੀਂ ਕ腐ਪਸ਼ਨ ਦੇ ਅਗੇਂਸਟ ਬੋਲਦੇ ਆ ਤੇ ਫਰਸਟ ਵੀ ਸ਼ੁਡ ਬੀ ਆਨੈਸਟ ਅਸੀਂ ਆਪਣੀ ਜੌਬਸ ਵਿੱਚ ਕੋਸ਼ਿਸ਼ ਕੀਤੀ ਪੂਰੀ ਆਨੈਸਟੀ ਨਾਲ ਕੰਮ ਕੀਤਾ ਉਹਦੇ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਕੰਪਨਸੇਸ਼ਨ ਵੀ ਮਿਲੀਆਂ ਬਟ ਮੇਰੀ ਭਾਵਨਾ ਇਹ ਹੈਗੀ ਕਿ ਕਮੇਟੀ ਜ਼ਰੀਏ ਕਈ ਗੱਲ ਜਿਹੜੀ ਆ ਉਹ ਤੁਸੀਂ ਜਿਵੇਂ ਆਪਾਂ ਕਨੀਨ ਖਾਨਦੇ ਆ ਤੇ ਜੇ ਸ਼ੂਗਰ ਕਟਿੰਗ ਕਰ ਲਈ ਉਹ ਕਨੀਨ ਵਾਧਾ ਅਸਰ ਕਰਦੀ ਆ ਤੇ ਸਮਾਜ ਦੇ ਵਿੱਚ ਜੋ ਵੀ ਬੁਰਾਈਆਂ ਹੈਗੀਆਂ ਜੇ ਅਸੀਂ ਕਾਮਿਕ ਵਿੱਚ ਸਟਾਰ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਵਿਅੰਗ ਦੇ ਵਿੱਚ ਗਈ ਗੱਲ ਉਹਦਾ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਭਾਸ਼ਣ ਕਰਕੇ ਸਨੇਹ ਦੇ ਨਾਲੋਂ ਕਮੇਟੀ 'ਚ ਨੇਦਰ ਬੈਟਰ ਦਿੱਤਾ ਜਾਂਦਾ ਜੀ ਬਿਲਕੁਲ ਸ਼ਮੈ ਇੱਕ ਚੀਜ਼ ਹੋਰ ਅਸੀਂ ਦੇਖਿਆ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਤਾਂ ਉਸ ਟਾਈਮ ਤੇ ਪੰਜਾਬੀ ਇੰਡਸਟਰੀ ਤੁਸੀਂ ਸਾਰੇ ਜਿਹੜੇ ਕਿ ਇਸ ਇੰਡਸਟਰੀ ਨਾਲ ਬਹੁਤ ਲੰਮੇ ਸਮੇਂ ਤੋਂ ਬਹੁਤ ਪੁਰਾਣੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਕਿਦਾਂ ਮਹਿਸੂਸ ਕੀਤਾ ਕਿਉਂਕਿ ਗੱਲਾਂ ਇਹ ਵੀ ਹੋਈਆਂ ਸੀ ਕਿ ਪੰਜਾਬੀ ਇੰਡਸਟਰੀ ਜਦੋਂ ਨਾਲ ਜੁੜ ਗਈ ਤਾਂ ਇਹ ਕਿਹਾ ਜਾ ਰਿਹਾ ਸੀ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਗੈਂਗਸਟਰ ਕਿੱਥੋਂ ਆ ਗਏ ਕਿਵੇਂ ਨਾਲ ਜੁੜ ਗਏ ਸੋ ਤੁਸੀਂ ਇਸ ਦੇ ਬਾਰੇ ਕੀ ਮਹਿਸੂਸ ਕਰਦੇ ਹੋ ਦੇਖੋ ਬੇਸਿਕਲੀ ਤਾਂ ਗੱਲ ਇਹ ਆ ਕਿ ਸਾਡਾ ਉਹ ਕ ਚੀਨੇ 4-5 ਸਾਲ ਦੇ ਵਿੱਚ ਹੀ ਹੂੰ ਪੰਜਾਬੀ ਜਿਹੜੀ ਮਾਂ ਬੋਲੀ ਨੂੰ ਪੰਜਾਬੀ ਗਾਇਕੀ ਨੂੰ ਦੁਨੀਆ ਦੇ ਉਹਨਾਂ ਕੋਨਿਆਂ ਚ ਬਚਾਇਆ ਜਿੱਥੇ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਜੀ ਬਿਲਕੁਲ ਜਦੋਂ ਇਹ ਦੁਖਾਂਤ ਵਾਪਰਿਆ ਬਹੁਤ ਅਸੀਂ ਮਾਤੇ ਪੱਲਾ ਜੀ ਟਰੈਵਲ ਕਰ ਰਹੇ ਸੀਗੇ ਬਿੰਨੂ ਟਿਲੋਜੀ ਦੇ ਫਾਦਰ ਸਾਹਿਬ ਦਾ ਭੋਗ ਸੀ ਧੂਰੀ ਅਸੀਂ ਉੱਥੋਂ ਧੂਰੀ ਤੋਂ ਵਾਪਸ ਆ ਰਹੇ ਸੀਗੇ ਪਟਿਆਲੇ ਪਹੁੰਚੇ ਹੋਵਾਂਗੇ ਜਦੋਂ 5:30 ਇਹਮੰਦਪਾਗੀ ਖਬਰ ਆਈ ਆ ਸੱਚ ਪੁੱਛੋ 2 ਘੰਟੇ ਮਾਤੇ ਪੱਲਾ ਜੀ ਸੁੰਨ ਹੋ ਗਏ ਬਿਲਕੁਲ ਕਿਉਂਕਿ ਇੰਨਾ ਪਿਆਰਾ ਉਹ ਕਲਾਕਾਰ ਸੀਗਾ ਉਹਦੀ ਜਿਹੜੀ ਮਤਲਬ ਲੈਵਲ ਆਫ ਅਚੀਵਮੈਂਟ ਜਿਹੜਾ ਉਹ ਕੋਈ ਵੀ ਪੰਜਾਬੀ ਕਲਾਕਾਰ ਇੰਡੀਅਨ ਦੀ ਮੈਚ ਨਹੀਂ ਕਰ ਸਕਦਾ ਤੇ ਅਸੀਂ ਬਹੁਤ ਨਿੰਦਾ ਕਰਦੇ ਆ ਜੋ ਵੀ ਵਾਪਰਿਆ ਅਸੀਂ ਬਲਕਿ ਇਹ ਬੇਨਤੀ ਕਰਦੇ ਆ ਸਰਕਾਰ ਵੀ ਕਰ ਰਹੀ ਕੋਸ਼ਿਸ਼ ਆ ਕਿ ਛੇਤੀ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਸਲਾਕਾ ਪਿੱਛੇ ਕਰੇ ਫਾਂਸੀ ਸਜ਼ਾ ਹੋਵੇ ਬਟ ਅਸੀਂ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਂਗवार ਪੰਜਾਬ ਦੇ ਵਿੱਚ ਲਾન્ડ ਆਰਡਰ ਉਹ ਬਿਲਕੁਲ ਇਸ਼ੂ ਨਹੀਂ ਬਣਨਾ ਚਾਹੀਦਾ ਅਸੀਂ ਦੁਆਰਾ ਪੰਜਾਬ ਦੇ ਸ਼ਾਂਤੀ ਲਈਏ ਤਾਂ ਕਿ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਖਾਸ ਤੌਰ ਤੇ ਤੁਹਾਡੇ ਕੈਨੇਡਾ ਵਿੱਚ ਵਸਦੇ ਅਮਰੀਕਾ ਵਿੱਚ ਵਸਦੇ ਇਹ ਦੁਆਰਾ ਉੱਥੇ ਜਾ ਕੇ ਇਨਵੈਸਟਮੈਂਟਸ ਕਰਨ ਇਹਨਾਂ ਵਧੀਆ ਮਾਹੌਲ ਸਿਰਜਿਆ ਜਾਵੇ ਤਾਂ ਕਿ ਅਸੀਂ ਇਸ ਲਾન્ડ ਆਰਡਰ ਉਸ ਬਚਿਆ ਚੋਂ ਇਨਸਿਕਿਉਰਟੀ ਚੋਂ ਬਾਹਰ ਰੱਖ ਲਈਏ ਜੀ ਦੂਜੀ ਗੱਲ ਤੇ ਆਉਨੇ ਆ ਸ਼ਰਮਾ ਜੀ ਮੰਗਾ ਇਹ ਹੁੰਦੀਆਂ ਵੀ ਕਮੇਸ਼ਾ ਤੁਸੀਂ ਦੱਸਿਆ ਵੀ ਜਿਹੜੀ ਅਗਰ ਕੋਈ ਮੰਗ ਵੀ ਹੈ ਜਾਂ ਕੋਈ ਮੁੱਦੇ ਵੀ ਹੈ ਤੁਸੀਂ ਬੜੇ ਸੋਹਣੇ ਪੋਲੀਟੀਕਲ ਮੁੱਦਿਆਂ ਨੂੰ ਬਹੁਤ ਤਰੀਕੇ ਨਾਲ ਕਾਮੇਡੀ ਦੇ ਵਿੱਚ ਉਭ ਦਿਆਂ ਜ਼ਿਆਦਾਤਰ ਜਿਹੜੇ ਚਾਹੇ ਫਿਲਮ ਇੰਡਸਟਰੀ ਦੇ ਕਲਾਕਾਰ ਹੋਣ ਜਿੰਨੇ ਵੀ ਹੈ ਚਾਹੇ ਪੁਰਾਣੇ ਕੋਮੇਡੀਅਨ ਹੋਣ ਕਿਸੇ ਨੇ આજ ਤੱਕ ਜ਼ਿਕਰ ਨਹੀਂ ਕੀਤਾ ਕਿ ਇੱਕ ਪੰਜਾਬੀ ਜਿਹੜੀ ਹੈ ਉਹ ਫਿਲਮ ਸਿਟੀ ਹੋਣੀ ਚਾਹੀਦੀ ਅਸੀਂ ਬਾਲੀਵੁੱਡ ਦੇ ਵਿੱਚ ਦੇਖਦੇ ਹਾਂ ਇੱਕ ਫਿਲਮ ਇੰਡਸਟਰੀ ਹੈ ਜਦੋਂ ਜਿਨ੍ਹਾਂ ਦੀ ਸਰਕਾਰਾਂ ਵੀ ਮਦਦ ਕਰਦੀ ਹੈ ਉੱਥੇ ਸਰਕਾਰ ਬਹੁਤ ਸਪੋਰਟ ਕਰਦੀ ਹੈ ਉਸ ਇੰਡਸਟਰੀ ਨੂੰ ਆਪਣੇ ਵੀ ਜਦੋਂ ਜੇ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਫਿਲਮ ਸਿਟੀ ਹੋਵੇ ਤੇ ਸਰਕਾਰ ਵੀ ਨਾਲ ਸਪੋਰਟ ਕਰੇ ਤਾਂ ਇਕਨੋਮੀ ਵੀ ਜਿਹੜੀ ਗਰੋ ਕਰ ਸਕਦੀ ਹੈ ਤਾਂ ਕਲਾਕਾਰ ਵੀ ਤੇ ਫਿਲਮਾਂ ਵੀ ਤੇ ਤੁਹਾਨੂੰ ਲੱਗਦਾ ਇਹ ਚੀਜ਼ ਵੀ ਇਹ ਮੰਗ ਕਿਤਨਾ ਕਿਤੇ ਕਰਨੀ ਚਾਹੀਦੀ ਕਦੇ ਕਿਸੇ ਨੇ ਕੀਤੀ ਨਹੀਂ ਜਿਹੜੀ ਪ੍ਰਾਈਵੇਟ ਸੈਕਟਰ ਦੇ ਵਿੱਚ ਇਸ ਵੇਲੇ ਮਹੱਲੀ ਚੰਡੀਗੜਾ ਡਾ ਉਹ ਪੋਲੀਵੁੱਡ ਦੀ ਹੱਬ ਬਣ ਚੁੱਕਾ ਹਾਂਜੀ ਤੇ ਤੁਸੀਂ ਸ਼ਾਇਦ ਦੋ ਤਿੰਨ ਸਾਲ ਹੁਣ ਪੰਜਾਬ ਗਏ ਨਹੀਂ ਤਿੰਨ ਸਾਲ ਤੋਂ ਮੈਂ ਪੰਜਾਬ ਤੋਂ ਹਾਂਜੀ ਨਹੀਂ ਪਿਛਲੇ ਤਿੰਨ ਸਾਲ ਨਹੀਂ ਗਏ ਹੋ ਨਾ 19 ਤੁਸੀਂ ਆਏ ਹੋਏ ਹਾਂਜੀ ਤੁਸੀਂ ਦੇਖੋ ਪਿਛਲੇ 3-4 ਸਾਲ 5 ਸਾਲਾਂ 'ਚ ਚੰਡੀਗੜ੍ਹ ਮਹੱਲੀ ਤੇ ਆਸ-ਪਾਸ ਇੰਨੀ ਗ੍ਰੋਥ ਹੋਈ ਹੈ ਸਟੂਡੀਓਜ਼ ਦੀ ਬਿਲਕੁਲ ਗੱਲ ਹੈ ਫਿਲਮ ਸਿਟੀ ਜੇ ਬਹੁਤ ਲਾਰਜ ਸਕੇਲ ਤੇ ਨਹੀਂ ਮੀਡੀਅਮ ਸਕੇਲ ਤੇ ਬਣ ਚੁੱਕੇ ਆ ਜੀ ਬਿਲਕੁਲ ਮੈਂ ਉਹੀ ਗੱਲ ਕਰ ਰਹੀ ਸੀ ਕਿ ਇੱਕ ਲਾਰਜ ਸਕੇਲ ਹੋਰ ਗਵਰਨਮੈਂਟ ਦਾ ਵੀ ਉਹ ਤਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਗਏ ਆ ਬਿਲਕੁਲ ਉਨਦੇ ਇਤਿਹਾਨ ਛਗਾਵਾ ਔਰ ਪੰਜਾਬੀ ਫਿਲਮਾਂ ਨੂੰ ਪੰਜਾਬੀ ਸਿਨੇਮਾ ਨੂੰ ਪ੍ਰੋਮੋਟ ਕਰਨ ਲਈ ਗਵਰਨਮੈਂਟ ਬਹੁਤ ਸੰਜੀਦਾ ਹੈਗੀ ਆ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਕਿ ਬਹੁਤ ਵੱਡੇ ਪੱਧਰ ਤੇ ਇਸ ਸੈਕਟਰ ਚ ਕੰਮ ਹੋਏਗਾ ਜੀ ਬਿਲਕੁਲ ਇੱਕ ਹੋਰ ਚੀਜ਼ ਹੈ ਸ਼ਰਮਾ ਜੀ ਹੁਣ ਜਦੋਂ ਤੁਸੀਂ ਆਏ ਹੋ ਤਾਂ ਲੋਕੀ ਇਹ ਵੀ ਡਿਮਾਂਡ ਕਰ ਰਹੇ ਨੇ ਕਿਤੇ ਨਾ ਕਿਤੇ ਵੀ ਸ਼ਰਮਾ ਜੀ ਹੁਣੀ ਆਪਣੀ ਟੀਮ ਦੇ ਕਿਹੜੇ ਕਿਹੜੇ ਪੁਰਾਣੇ ਮੈਂਬਰ ਜਿਨ੍ਹਾਂ ਨੂੰ ਲੋਕ ਸੁੰਨਾ ਚਾਹੁੰਦੇ ਔਰ ਕਿਹੜੇ ਕਰੈਕਟਰ ਦੇ ਵਿੱਚ ਕੀ ਉਹ ਪੁਰਾਣੇ ਕਰੈਕਟਰ ਹੀ ਦੁਬਾਰਾ ਦੇਖਣਗੇ ਉਹ ਸੇਮ ਉਸੇ ਤਰੀਕੇ ਨਾਲ ਜਾਂ ਕੁਝ ਵੱਖਰਾ ਵੀ ਵਿੱਚ ਪੇਸ਼ ਕਰਨ ਜਾ ਰਹੇ ਹੋ ਉਸ ਕਰਾਂਗੇ ਮਿਲਮਾ ਜ ਅਨੇਕ ਕੈਰੈਕਟਰ ਚੋਂ ਜਿਵੇਂ ਚਾਚਾ ਚਤਰ ਸਿੰਘ ਆ ਹਾਂਜੀ ਮੈਂ ਭਤੀਜਾ ਹਾਂਜੀ ਤੇ ਭਾਨਾ ਯਾ ਯਾ ਉਹ ਵੀ ਲੋਕਾਂ ਦੀ ਬਹੁਤ ਡਿਮਾਂਡ ਹੁੰਦੀ ਆ ਸੋ ਜਿਹੜਾ ਬੀਨੂ ਢਿੱਲੋਂ ਜਿੰਨੇ ਡਾਇਰੈਕਸ਼ਨ ਹੈਟ ਪਲੇ ਲੈ ਕੇ ਆ ਰਹੇ ਆ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੂੰ ਹੂੰ ਉਹ ਮਿਕਸ ਮੈਚ ਹੋਏਗਾ ਸਾਡੀ ਜਿਹੜੀ ਟਰੈਡੀਸ਼ਨਲ ਸਟੈਂਡ ਅਪ ਕਮੇਡੀ ਪਲੱਸ ਜਿਹੜੀ ਮਾਡਰਨ ਜੋ ਕਿਉਂਕਿ ਸਾਡੀ ਟੀਮ ਦੇ ਵਿੱਚ ਨਾ ਜੀ ਪ੍ਰਭਜੀਤ ਲੜਕੀ ਹੀਰੋਇਨ ਟਰੀਆ ਉਹ ਵੀ ਸਾਡੀ ਟੀਮ ਚ ਲੜਕੀ ਨੇਹਾ ਹੈ ਜਿਹੜਾ ਬਹੁਤ ਕੰਮ ਕੀਤਾ ਉਹ ਵੀ ਸਾਡੀ ਟੀਮ ਦੀ ਮੈਂਬਰ ਆ ਸਭ ਤੋਂ ਵੱਡਾ ਲੇਖਕ ਵੀ ਆ ਤੇ ਬੜਾ ਅੱਛਾ ਕਮੇਡੀਅਨ ਵੀ ਆ ਰਵਿੰਦਰ ਮੰਡ ਉਹ ਵੀ ਸਾਡੀ ਟੀਮ ਦਾ ਮੈਂਬਰ ਆ ਜੱਗੀ ਧੂਰੀ ਬਹੁਤ ਵੱਡਾ ਨਾਮ ਹੈ ਉਹ ਵੀ ਸਾਡੀ ਟੀਮ ਦੇ ਮੈਂਬਰ ਆ ਬੱਚੇ ਸ਼ਿਵਮ ਦੀਪਕ ਸੋ ਇਹ ਪੂਰੀ ਸਮੁੱਚੀ ਟੀਮ ਜਸਵਿੰਦਰ ਭੱਲਾ ਜੀ ਤੇ ਸਾਡੇ ਡਬਲ ਇੰਜਨ ਹੈਗੇ ਆ ਵੀ ਉਹ ਢਿੱਲੋ ਜੀ ਇਹਨਾਂ ਦੀ ਜਿਹੜੀ ਲੀਡਰਸ਼ਿਪ ਚ ਨਾ ਪੂਰੀ ਟੀਮ ਮੈਨੂੰ ਵੀ ਮੌਕਾ ਮਿਲ ਰਿਹਾ ਸੋ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬੀਆਂ ਨੂੰ ਇੱਕ ਪੂਰਾ ਪੈਕੇਜ ਜਿਹੜਾ ਕਬੱਡੀ ਦਾ ਉਹ ਪੇਸ਼ ਕਰੀਏ ਤੇ ਅਸੀਂ 5 ਅਗਸਤ ਤੋਂ ਪਹਿਲਾ ਜਿਹੜਾ ਸ਼ੋ ਵਿੰਡ ਸਰਚੇਗਾ 6 ਅਗਸਤ ਨੂੰ ਹਰਸ਼ੀ ਟੋਰਾਂਟੋ ਚ ਉਹ ਵੀ ਸੰਦੀਪ ਪੱਟੀ ਬਲਕਿ ਮੈਂ ਉਹਨਾਂ ਦਾ ਫੋਨ ਨੰਬਰ ਵੀ ਬੋਲਣਾ ਚਾਹੂੰਗਾ ਕਿਉਂਕਿ ਜੇ ਕੋਈ ਰਿਕੁਆਰੀ ਲੈਣੀ ਦੀ ਆ ਤਾਂ ਸੰਦੀਪ ਪੱਟੀ ਜਿਹੜੇ ਆ ਉਹ ਟੋਰਾਂਟੋ ਬੇਸਡ ਅਡੇ ਇੰਟਰਨੈਸ਼ਨਲ ਪ੍ਰਮੋਟਰ ਨੇ 416 319 9000 416 319 9000 ਇਹਨਾਂ ਤੋਂ ਸੰਪਰਕ ਕਰਕੇ ਕਿਹੜੇ ਸ਼ਹਿਰ ਚ ਕਦੋਂ ਸ਼ੋਅ ਹੈਗਾ ਵਾ ਕਿਉਂਕਿ ਜੋ ਮੇਰੀ ਨੌਲੇਜ ਚ 12 13 ਨੂੰ ਫਿਰ ਉਸ ਤੋਂ ਬਾਅਦ ਆਟਵਾ ਤੇ ਮੰਟਰੀਅਲ ਫਿਰ 19 20 21 ਅਗਸਤ ਨੂੰ ਅਸੀਂ ਵਿਨੀਪੈਗ ਐਡਮਿੰਟਨ ਤੇ ਕੈਲਗਰੀ ਤੇ ਅਸੀਂ ਲਾਸਟ ਵੀਕ ਅਗਸਤ ਦੇ ਵਿੱਚ ਤੁਹਾਡੇ ਸ਼ਹਿਰ ਆ ਜਾਣਾ 28 ਅਗਸਤ ਦਾ ਸ਼ੋਅ ਫਿਕਸ ਹੋ ਚੁੱਕਾ ਔਰ ਫਿਲਮ ਥੀਏਟਰ ਜਿਹੜਾ ਮੈਂ ਦੱਸਿਆ ਉਹ ਸੁਖ ਬਰਾੜ ਜੀ ਜਿਹੜੇ ਹੈਗੇ ਆ ਇੱਥੋਂ ਦੇ ਉਹਨਾਂ ਦਾ ਨੰਬਰ ਵੀ ਨੋਟ ਕਰ ਲਓ 604 712 1290 6047121299 ਸੁਖ ਬਰਾੜ ਉਹਨਾਂ ਨੇ ਮੈਨੂੰ ਕਹ ਦੱਸੇ ਚ ਗੱਲ ਫੋਨ ਤੇ ਕਿ ਟਿਕਟਾਂ ਜਿਹੜੀਆਂ ਉਹ ਦੋ ਤਿੰਨ ਦਿਨ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਣਗੀਆਂ ਬੀ ਫਾਰ ਬੀ ਫਾਰ ਵੀਡੀਓ ਜਿਹੜੇ ਤੁਹਾਡੇ ਹੈਗੇ ਆ ਬੀ ਫਾਰ ਯੂ ਜੀ ਉਹਨਾਂ ਸਟੋਰਾਂ ਤੇ ਇਹ ਟਿਕਟਾਂ ਜਿਹੜੇ ਮਿਲਣਗੀਆਂ ਸੋ ਮੇਰੀ ਬੇਨਤੀ ਆ ਕਿ ਜਿਹੜੇ ਸਾਡੇ ਸ਼ੋ ਹੈਗੇ ਆ ਇਸ ਤੋਂ ਬਾਅਦ ਸਾਨੂੰ ਕੁਝ ਕੁਐਰੀਜ਼ ਆ ਰਹੀਆਂ ਐਬਸਫਰਡ ਕੋਲੋਨਾ ਪ੍ਰਿੰਸ ਜਾਰਜ ਮੈਨੂੰ ਲੱਗਦਾ ਕਿ ਅਗਸਟ ਦਾ ਲਾਸਟ ਵੀਕਐਂਡ ਤੇ ਸੈਪਟੈਂਬਰ 1st ਵੀਕਐਂਡ ਅਸੀਂ ਤੁਹਾਡੇ ਇਲਾਕੇ 'ਚ ਰਹਾਂਗੇ ਤੇ ਆਪਾਂ ਹੰਬ ਮਾ ਕੇ ਬੀਨੂ ਢਿੱਲੋਂ ਜੀ ਪੱਲਾ ਜੀ ਦੀ ਕਮੇਟੀ ਪੂਰੀ ਟੀਮ ਦੀ ਕਮੇਟੀ ਨੂੰ ਤੁਸੀਂ ਮਾਣਿਓ ਸਾਨੂੰ ਪਿਆਰ ਦਿਓ ਕੋਸ਼ਿਸ਼ ਕਰਾਂਗੇ ਤੁਹਾਨੂੰ ਨਰਾਸ਼ ਨਾ ਕਰੀਏ ਬਿਲਕੁਲ ਜੀ ਬਿਲਕੁਲ ਇਹੀ ਉਮੀਦ ਹੈ ਤੁਹਾਡੀ ਸਾਰੀ ਟੀਮ ਤੋਂ ਸ਼ਰਮਾ ਜੀ ਅਸੀਂ ਕਰਦੇ ਹਾਂ ਸ਼ਰਮਾ ਜੀ ਇੱਕ ਚੀਜ਼ ਹੋਰ ਸੀ ਤੁਸੀਂ ਐਨਐਸਡੀ ਦਾ ਆਪਾਂ ਪਹਿਲਾਂ ਜ਼ਿਕਰ ਵੀ ਕਰ ਰਹੇ ਸੀ ਹੈ ਨਾ ਉੱਥੋਂ ਦੀ ਕਰੀਮ ਦਾ ਨਸੀਰਉਦੀਨ ਸ਼ਾਹ ਹੋਣੀ ਅਨੁਪਮ ਖੇਰ ਹੋਣੀ ਬਹੁਤ ਸਾਰੇ ਜਿਹੜੇ ਤੁਰੰਦਰ ਜਿਹੜੇ ਮੰਨੇ ਜਾਂਦੇ ਨੇ ਉੱਥੋਂ ਦੇ ਨਵਾਜ਼ਉਦੀਨ ਸਦੀਕੀ ਹੋਣੀ ਸੋ ਇਦਾਂ ਦੀ ਇੱਕ ਐਨਐਸਡੀ ਜਿਵੇਂ ਹੁਣ ਲੋਕਾਂ ਨੇ ਫਿਲਮ ਮੇਕਿੰਗ ਸਿੱਖਣੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਜੇ ਕਿਸੇ ਨੇ ਫਿਲਮ ਮੇਕਿੰਗ ਸਿੱਖਣੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਜਾਣਾ ਪ ਤੋਂ علاوہ ਵੀ ਜੇ ਇਹ ਹੋਣ ਪੰਜਾਬ ਦੇ ਵਿੱਚ ਤਾਂ ਇਹ ਬਹੁਤ ਚੱਲਣਗੇ ਫਿਲਮ ਮੇਕਿੰਗ ਬਾਰੇ ਜਿਹੜੇ ਜਾਨਣਾ ਚਾਹੁੰਦੇ ਉਹਨਾਂ ਨੂੰ ਕਾਫੀ ਵਧੀਆ ਮੌਕਾ ਮਿਲ ਸਕਦਾ ਹੈ ਐਸੇ ਕਰ ਲਈ ਇਹ ਠੀਕ ਹੈ ਕਿ ਸਾਡੀ ਬਦਕਿਸਮਤੀ ਸੀ ਸਾਡੇ ਕੋਲ ਸਮੇਂ ਤੋਂ ਪਹਿਲਾਂ ਜਸਪਾਲ ਪੱਟੀ ਜੀ ਪਰਮਾਤਮਾ ਕੁਦਰਤ ਨੇ ਖੋਲੇ ਉਹਨਾਂ ਦਾ ਜੋ ਮੈਡ ਆਰਟ ਸਟੂਡੀਓ ਬਣਾ ਉਹਨਾਂ ਦੀ ਵਾਈਫ ਨੇ ਹਾਂਜੀ ਚਲਾਇਆ ਵਾਈਫ ਉਹਨਾਂ ਦੀ ਸੰਤਾ ਜੀ ਬੇਟਾ ਉਹਨਾਂ ਦਾ ਜਸਰਾਜ ਚਲਾ ਰਹੇ ਸਟੂਡੀਓ ਇਸ ਤਰ੍ਹਾਂ ਦੇ ਬਹੁਤ ਸਾਰੇ ਸਟੂਡੀਓ ਜਿਹੜੇ ਆ ਬਹੁਤ ਆਰਟਿਸਟ ਜਿਹੜੇ ਟ੍ਰੇਨਿੰਗ ਸੈਂਟਰ ਸਟੂਡੀਓ ਲੈ ਕੇ ਆ ਰਹੇ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਤੁਹਾਡੀ ਗੱਲ ਠੀਕ ਆ ਕਿਹੜੀ ਛੱਡੀ ਨਵੀਂ ਪੀੜ੍ਹੀ ਆ ਯੰਗਸਟਰ ਜਿਹੜੇ ਆ ਕਿਉਂਕਿ ਹੁਣ ਜਿਹੜਾ ਨਾ YouTube ਨੇ ਟ੍ਰਾਂਸਫਾਰਮ ਕਰਤਾ ਬਿਲਕੁਲ ਬਿਲਕੁਲ YouTube ਦੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਟੈਲੈਂਟ ਆ ਨਾ ਉਹ ਤਾਂ ਸ਼ੈਰੀ ਜੀ ਉਹ ਉੱਭਰ ਕੇ ਆਣੇ ਆਣਾ ਬੱਚੇ ਆਪਣੇ ਆਪ ਰਿਕਾਰਡਿੰਗ ਕਰਦੇ ਆ ਆ ਹੁਣ ਮੇਰਾ ਨੇਫਿਊ ਮੇਰੇ ਕਜ਼ਨ ਦਾ ਬੇਟਾ ਇੱਥੇ ਕੰਵ ਆਇਆ ਉਹ ਮੈਨੂੰ ਗੱਡੀ ਤੇ ਲੈ ਕੇ ਆ ਰਿਹਾ ਸੀਗਾ ਉਹਨੇ ਮੈਂ ਬੜਾ ਖੁਸ਼ ਤੇ ਹੈਰਾਨ ਹੋਇਆ ਕਿ ਬੱਚਾ ਇੱਥੇ ਸਟੂਡੈਂਟ ਵੀਜ਼ੇ ਤੇ ਆਇਆ ਤੇ ਇਹਨੇ ਕ੍ਰੀਏਟ ਕਰਨਾ ਹੈ 뮤직 ਸੋ ਬੱਚੇ ਨੂੰ ਇੱਕ ਕੰਮ ਕਰ ਦੇਣਾ ਕਿ ਤਾਂ ਖੁਸ਼ੀ ਹੁੰਦੀ ਹੈ ਤੇ ਜਦੋਂ YouTube ਤੇ ਹੁਣ ਭੱਲਾ ਜੀ ਦੇ ਬੇਟੇ ਦੀ ਗੱਲ ਚੱਲੀ ਹਾਂਜੀ ਜਦੋਂ ਪਖਰਾਜ ਭੱਲਾ ਨੇ ਬੀਟੈਕ ਜੁਆਇਨ ਕੀਤੀ ਫਿਲਮ ਪ੍ਰੋਡਕਸ਼ਨ ਦੀ ਪੰਜਾਬੀ ਉਸ ਪਟਿਆਲੇ ਤੇ ਬੱਚਿਆਂ ਪੜਦੇ ਪੜਦੇ ਆਪ ਹੀ ਲਿਖੀ ਆਪ ਹੀ ਪ੍ਰੋਡਿਊਸ ਕੀਤੀ ਇੱਕ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਗਈ ਹਾਂਜੀ ਬਿਲਕੁਲ ਇੰਨੀ ਹਿੱਟ ਸੁਪਰ ਡੁਪਰ ਹੋਈ 68 ਮਿਲੀਅਨ ਦੇ ਵਿਊਜ਼ ਗਏ ਤੇ ਉਹ ਬੱਚਿਆਂ ਦਾ ਕੰਮ ਦੇਖ ਕੇ ਮੈਂ ਤੇ ਪੱਲਾ ਜੀ ਬਹੁਤ ਖੁਸ਼ ਹੈ ਕਿ ਮਾਡਰਨ ਜਨਰੇਸ਼ਨ ਆ ਲੈਟ them ਗਰੋ ਵਿਦ देयर ओन ਵਿੰਗਸ ਉਹ ਜਿਹੜਾ ਜਮਾਨਾ ਆ ਗਿਆ ਨਾ ਮੈਨੂੰ ਲੱਗਦਾ ਕਿ ਆਪਾਂ ਨੂੰ ਬਹੁਤ ਟਰੇਨਿੰਗਾਂ ਦੇ ਲੋੜ ਹੈ ਨਹੀਂ ਟੈਲੈਂਟ ਹੈਗਾ ਤੁਸੀਂ ਆਪ ਪੇਸ਼ ਕਰੋ ਤੇ YouTube ਤੋਂ ਲੱਖਾਂ ਕਰੋੜਾ ਚਾਹੁੰਦੀ ਹੈ ਜੀ ਹੁਣ ਇੱਕ ਕਿਉਂਕਿ ਤੁਸੀਂ AMD ਰਹੇ ਹੋ ਮਾਰਕਫੈਡ ਦੇ ਮਾਰਕਫੈਡ ਦੇ ਵੱਲੋਂ ਇੱਕ ਸਵਾਲ ਲੋਕੀ ਇਹ ਸਵਾਲ ਬਹੁਤ ਤੁਹਾਡੇ ਤੋਂ ਹੀ ਜਾਨਣਾ ਚਾਹੁੰਦੇ ਨੇ ਉਹ ਕਹਿੰਦੇ ਜਿਹੜਾ ਮਾਰਕਫੈਡ ਜਾਂ ਫਿਰ ਵੇਰਕਾ ਦਾ ਜਿਹੜਾ ਪ੍ਰੋਡਕ ਗਿਰੇ ਪਰ ਜਿਵੇਂ ਪ੍ਰਦੇਸ਼ ਤੋਂ ਬਾਹਰ ਗੱਲ ਕਰ ਲਈ ਜਾਏ ਤਾਂ ਅਮੂਲ ਦੀ ਜਿਵੇਂ ਪੋਪੂਲੈਰਿਟੀ ਹੋਈ ਅਮੂਲ ਜਿੰਨਾ ਜਾਰਿਆ ਉਸ ਤਰੀਕੇ ਨਾਲ ਐਫਰਟ ਕਹਿੰਦੇ ਮਾਰਕੀਟਿੰਗ ਦੇ ਵਿੱਚ ਨਹੀਂ ਹੋਇਆ ਸੋ ਤੁਹਾਨੂੰ ਕੀ ਲੱਗਦਾ ਹੈ ਐਸੀ ਗੱਲ ਦੀ ਮੈਂ ਸ਼ਰੀਹ ਦੱਸਦਾ ਕਿ ਵੀਰਕਾ ਜਿਹੜਾ ਸਾਡਾ ਪੰਜਾਬ ਦਾ ਮਿਲਕਫੈਡ ਦਾ ਪ੍ਰੋਡਕਟ ਆ ਮੇਰੀ ਆਪਣੀ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਕੰਮ ਕੀਤਾ ਪਿਛਲੇ 5-10 ਸਾਲਾਂ ਵਿੱਚ ਵੀਰਕਾ ਨੇ ਵੀ ਇੰਨਾ ਅੱਛਾ ਨਾਮ ਕਮਾਇਆ ਇੰਨਾ ਕੱਛਾ ਵਕਾਰ ਵਸਾ ਰਿਹਾ ਵੀਰਕਾ ਦਾ ਸਾਰੀਆਂ ਸਾਡੀਆਂ ਦੁੱਧ ਦਹੀਂ ਦੀਆਂ ਚੀਜ਼ਾਂ 'ਚ ਮਠਾਈਆਂ ਵਿੱਚ ਐਂਟਰ ਕਰਕੇ ਤੇ ਮਾਰਕਫੈਡ ਵੀ ਸਾਡੀ ਜਿਹੜੀ ਆ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਯਾਨੀ ਤੁਹਾਡੀ ਸਭ ਤੋਂ ਵੱਡੀ ਚੇਨ ਕੈਨੇਡਾ ਦੀ ਲੋਬਲਾ ਜੀ ਲੋਬਲਾ ਸਟੋਰਾਂ ਤੇ ਲਾਬਲਾ ਮਾਰਕਫਿਟ ਦੇ ਅਫੀਸ਼ੀਅਲ ਡਿਸਟ੍ਰੀਬਿਊਟਰ ਆ। ਨੋ ਡਾਊਟ ਜਦੋਂ ਮਾਰਕਫਿਟ ਨੇ ਸ਼ੁਰੂ ਕੀਤਾ ਉਦੋਂ ਜਰਨੈਲ ਸਿੰਘ ਉਹਨਾਂ ਨੇ ਟੋਰਾਂਟੋ ਦੇ ਵਿੱਚ ਆਪਣੀ ਜਿਹੜੀ ਕੁਆਲਟੀ ਨੇਚਰਲ ਕੰਪਨੀ ਸੀ ਉਹਦੇ ਨੇ ਸ਼ੁਰੂ ਕੀਤਾ। ਉਸ ਤੋਂ ਬਾਅਦ ਹੁਣ ਉਹ ਗਲੋਬਲ ਚੁਆਇਸ ਚਲਾਉਂਦੇ ਆ ਤੇ ਲਾਬਲਾ ਨਾਲ ਐਗਰੀਮੈਂਟ ਹੋਣ ਤੋਂ ਬਾਅਦ ਸਾਡੀਆਂ ਮਾਰਕਫਿਟ ਦੇ ਸਰ੍ਹਸੋਂ ਦਾ ਸਾਗ ਸਾਡਾ ਮਸਟਰਡ ਆਇਲ ਇੰਨਾ ਪਪੂਲਰ ਮੈ ਹੈ ਕਿ ਸਟੋਰਾਂ ਤੇ ਜਾਂਨਾ ਆਚਾਰ ਮਾਰਕਫਿਟ ਦਾ ਬੜਾ ਲੁੱਕੀ ਮੰਗਦੇ ਆ। ਸੋ ਹੁਣ ਮੈਂ ਜਦੋਂ ਭਗਵੰਤ ਮਾਨ ਜੀ ਨਾਲ 20 ਮਈ ਨੂੰ ਕੋਈ ਮੀਟਿੰਗ ਕਰ ਰਿਹਾ ਸੀਗਾ ਕੋਈ ਕੈਲੀਫੋਰਨੀਆ ਤੋਂ ਬਹੁ ਉਹਨਾਂ ਦੀ ਮੀਟਿੰਗ ਸੀ ਭਗਵੰਤ ਮਾਨ ਜੀ ਨੇ ਇਹ ਕਿਹਾ ਕਹਿੰਦੇ ਸ਼ਰਮਾ ਜੀ ਤੁਸੀਂ ਤਾਂ ਮਾਰਕਫਿਡ ਚ ਬਹੁਤ ਲੰਬਾ ਸਮਾਂ ਕੰਮ ਕੀਤਾ ਕਿ ਪੰਜਾਬ ਦੇ ਵਿੱਚ ਕਮੀ ਕਿਹੜੀ ਗੱਲ ਦੀ ਆ ਉਹ ਕਹਿੰਦੇ ਸਾਡੀ ਪਠਾਨਕੋਟ ਦੀ ਲੀਚੀ ਸਾਡੇ ਅਬੋਰ ਦੇ ਜਾਂ ਹੁਸ਼ਿਆਰਪੁਰ ਦੇ ਕਿੰਨੂ ਜਲੰਧਰ ਦੇ ਆਲੂ ਸਾਡੇ ਰੋਪੜ ਤੇ ਨਵਾਂ ਸ਼ਹਿਰ ਦਾ ਗੰਨਾ ਇਹ ਚ ਆਪਾਂ ਵੈਲਿਊ ਐਡੀਸ਼ਨ ਕਰਕੇ ਮਾਰਕਫਿਡ ਦੇ ਰਾਈ ਅੰਤਰਰਾਸ਼ਟਰੀ ਮੰਡੀ ਵਿੱਚ ਪਚਾਵਾਂਗੇ ਸੱਚ ਪੁੱਛੋ ਤੁਸੀਂ ਮੇਰੇ ਮਨ ਦੀ ਗੱਲ ਛੁਈ ਆ ਸ਼ਰੀ ਜੀ ਮੈਂ ਚਾਹੁੰਦਾ ਕਿ ਅਮਰੀਕਾ ਦੇ ਹੋਲ ਸਟੋਰ ਜਾਂ ਤੁਹਾਡੇ ਕੈਨੇਡਾ ਦੇ ਆਰਗੇਨ ਸਟੋਰਾਂ ਵਿੱਚ ਸਾਡੇ ਪੰਜਾਬ ਦੇ ਉਤਪਾਦ ਕਿਉਂ ਨਾ ਪਏ ਹੋਣ ਸੀ ਫੂਡ ਬੜਾਈਏ ਉਹ ਸੀ ਫੂਡ ਜੋ ਪੰਜਾਬ ਤੋਂ ਆਏ ਹੋਣਗੇ ਤਾਂ ਤੁਹਾਡਾ ਜਿਹੜਾ ਮਨ ਬਗ ਬਗ ਨਾ ਤੁਸੀਂ ਦੋਨਾਂ ਦਾ ਵੱਧ ਖਰਚੇ ਵੀ ਕਬੂਲ ਕਰੋ ਅਸੀਂ ਹੁਣ ਵੀ ਜਾਣਿਆ ਸਟੋਰਾਂ ਤੇ ਸ਼ਰਮਾ ਜੀ ਅਸੀਂ ਲੱਭਦੇ ਫਿਰਦੇ ਰਹਨੇ ਆ ਕਿ ਪੰਜਾਬ ਵਾਲਾ ਸਾਨੂੰ ਆਹ ਚ ਆਚਾਰ ਚਾਹੀਦਾ ਆਲਾ ਮਸਾਲਾ ਪੰਜਾਬ ਵਾਲਾ ਚਾਹੀਦਾ ਆਹ ਅੰਬ ਜਿਹੜਾ ਇਹ ਵੀ ਸਾਨੂੰ ਪੰਜਾਬ ਵਾਲਾ ਟੇਸਟ ਮਿਲੇ ਸੋ ਬਹੁਤ ਡਿਮਾਂਡ ਹੈ ਨਾ ਜੀ ਬਹੁਤ ਹੀ ਲੱਗਦਾ ਕਿ ਉਸ ਚੀਜ਼ ਨੂੰ ਹੁਣ ਲਿੰਕੇਜ ਕਰਕੇ ਜਿਹੜੀ ਨਵੀਂ ਗਵਰਨਮੈਂਟ ਆਈ ਆ ਇਹ ਉਤਸ਼ਾਹਤ ਵੀ ਕਰਨਾ ਮੰਗਦੀ ਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਕਿ ਪੰਜਾਬ ਦੀ ਅਵਸਥਾ ਤੁਹਾਡੇ ਸਟੋਰਾਂ 'ਚ ਵੱ ਗੱਦਵੱਜ ਕੀ ਹੋਣਗੇ ਜੀ ਉਹਨਾਂ ਨੇ ਆ ਲਾਸਟ ਵੀਕ ਹੀ ਸੀਐਮ ਸਾਹਿਬ ਲਾਂਚ ਕਰ ਰਹੇ ਸੀਗੇ ਮੈਨੂੰ ਵੀਡੀਓ ਭੇਜਿਆ ਉਹਦੇ ਵਿੱਚ ਦੇਖਿਆ ਕਿ ਮਾਰਕਫਿਡ ਨੇ ਕੌਰਨਫਲੈਕਸ ਆਪਣੇ ਬਣਾਏ ਸੀਰੀਅਲ ਬਣਾਏ ਸੋ ਬ੍ਰੈਕਫਾਸਟ ਫੂਡ ਦੇ ਵਿੱਚ ਮਾਰਕਫਿਡ ਐਂਟਰ ਕਰ ਗਈ ਆ ਸੋ ਮੈਨੂੰ ਲੱਗਦਾ ਕਿ ਬਹੁਤ ਲੰਬੀ ਲਾਈਨ ਆਪਰਾਡਕਟ ਦੀ ਸ਼ਾਇਦ ਮਾਰਕਫਿਡ ਦਾ ਉਹ ਮੇਰੇ ਆਪਣੇ ਹੱਥੀਂ ਜਿਹੜਾ ਪਲਾਂਟ ਮੈਂ ਜਲੰਧਰ ਲਵਾਇਆ ਸੀਗਾ ਉਹਦੇ ਵਿੱਚ ਸ਼ਾਇਦ ਦੇ ਵਿੱਚ ਜਦੋਂ ਜਰਮਨੀ ਗਵਰਨਮੈਂਟ ਨੇ ਸੈਂਪਲ ਭਰੇ ਨਾ ਸ਼ਹਿਰੀ ਜੀ 16 ਸੈਂਪਲ 13 ਫੇਲ ਹੋਏ 3 ਪਾਸ ਹੋਏ ਤਿੰਨ ਵਿੱਚ ਮਾਰਕਫਿਡ ਸੀ ਅੰਤਰਰਾਸ਼ਟਰੀ ਮਾਰਕੀਟ ਦਾ ਸ਼ਹਿਦ ਪਾਸ ਹੋਇਆ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਚੀਜ਼ਾਂ ਨੂੰ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਥੋੜਾ ਜਿਹਾ ਕਮੀ ਰਖਦੇ ਆ ਐਡਵਰਟਾਈਜ਼ਮੈਂਟ ਵਿੱਚ ਹਾਂਜੀ ਪ੍ਰੋਮੋਸ਼ਨ ਵਿੱਚ ਉਹਦੇ ਵਿੱਚ ਮੇਰੀ ਬੇਨਤੀ ਆ ਮਾਕਫੜ ਦੇ ਅਧਿਕਾਰੀਆਂ ਨੂੰ ਮੈਂ ਵੀ ਕੋਸ਼ਿਸ਼ ਕਰਦਾ ਰਹੂੰਗਾ ਕਿ ਅਸੀਂ ਵੱਧ ਲੋਕਾਂ 'ਚ ਪ੍ਰੋਮੋਟ ਕਰੀਏ ਤਾਂ ਕਿ ਲੋਕਾਂ 'ਚ ਹਰ ਸੈਲਫ ਦੇ ਉੱਪਰ ਮਾਕਫੜ ਦਾ ਸ਼ਹਿਦ ਹੋਵੇ ਜੀ ਬਿਲਕੁਲ ਜੀ ਬਿਲਕੁਲ ਸ਼ਰਮਾ ਜੀ ਹੁਣ ਆਪਾਂ ਬਹੁਤ ਸਾਰੀਆਂ ਦੇਖੋ ਗੱਲਾਂ ਕਰ ਲੀਆਂ ਸੀਰੀਅਸ ਹੁਣ ਜੇਰਾ ਲੋਕੀ ਸ਼ਰਮਾ ਕਰੈਕਟਰ ਨੂੰ ਦੇਖਣਾ ਚਾਹੁੰਦੇ ਭਤੀਜ ਕਰੈਕਟਰ ਨੂੰ ਸੋ ਪਲੀਜ਼ ਸਾਡੇ ਦਰਸ਼ਕਾਂ ਨੂੰ ਕੁਝ ਸੁਣਾਓ ਵਧੀਆ ਜੀ ਸ਼ਰਮਾ ਦੀ ਤੁਸੀਂ ਗੱਲ ਕੀਤੀ ਆ ਜਦੋਂ ਮੈਂ ਪਹਿਲੀ ਵਾਰੀ ਵਿਦੇਸ਼ ਜਾਣਾ ਸੀ ਨਾ ਜੀ ਜੀ ਤੇ ਮੈਂ ਉਦੋਂ ਨਾ ਜਸਵਲ ਸਾਹਿਬ ਤੁਸੀਂ ਲੁਧਿਆਣੇ ਦੇ ਆ। ਹਾਂਜੀ ਹਾਂਜੀ। ਉਹਨਾਂ ਨੇ ਬੇਨਤੀ ਕੀਤੀ ਵੀ ਅੰਕਲ ਜੀ ਮੈਂ ਇੰਗਲੈਂਡ ਚੱਲਿਆ ਆਂ ਤੇ ਉੱਥੇ ਤੁਹਾਡੀ ਵਾਕਫੀਤ ਬੜੀ ਆ ਤੇ ਦਿਨ ਮੈਂ ਦੋ ਕੀ ਬਿਜ਼ੀ ਹੋਇਆ ਕਰਨਾ ਵਾਂ ਵੀਕਐਂਡ ਦੇ ਉੱਪਰ ਸ਼ੁਆਲੀ ਜਿਹੜੇ 5 ਡੇਜ਼ ਵੀਕ ਆ ਮੈਂ ਵਿਲਾ ਹੋਇਆ ਕਰਨਾ ਤੇ ਤੁਸੀਂ ਕੋਈ ਮੈਨੂੰ ਆਪਦੀ ਲੈਟਰ ਜਾਂ ਆਪਦੀ ਕੋਈ ਪਰਚੀ ਦੇ ਦਿਓ ਜਾਂ ਕੋਈ ਫੋਨ ਕਰ ਦਿਓ ਤੇ ਮੈਂ 5 ਦਿਨ ਉੱਥੇ ਚ ਜੌਬ ਕਰ ਲਿਆ ਕਰੂੰਗਾ ਪੌਂਡ ਚਾਰ ਕਮਾ ਕੇ ਮੈਂ ਵੀ ਕਰ ਲਿਆ ਆਉਂਗਾ। ਹੂੰ ਹੂੰ ਤੇ ਜਸਵਲ ਸਾਹਿਬ ਕਹਿੰਦੇ ਐ ਕਰੀ ਸ਼ਰਮਾ ਉੱਥੇ ਬਰਮਿੰਗਮ ਮੇਰਾ ਇੱਕ ਦੋਸਤ ਆ ਲਾਰੈਂਸ ਪੋਟੇ ਹੂੰ ਹੂੰ ਉਹਨ ਉਹ ਤੇਰੀ ਮਦਦ ਕਰੂਗਾ ਤੇ ਮੈਂ ਜਦੋਂ ਇੰਗਲੈਂਡ ਪਹੁੰਚਿਆ ਬਰਮਿੰਗਮ ਜਾ ਕੇ ਮੈਂ ਉਹਨਾਂ ਕਾਰਟ ਦੇ ਜਸਵਰ ਸਾਹਿਬ ਦਾ ਮੈਂ ਕਿਹਾ ਪੁੱਟੇ ਸਾਹਿਬ ਮੈਨੂੰ ਨੌਕਰੀ ਦੇ ਦਿਓ ਹਾਂ ਕਹਿੰਦੇ ਬਈ ਸ਼ਰਮਾ ਤੈਨੂੰ ਅੰਗਰੇਜ਼ੀ ਆਉਂਦੀ ਹੈ ਹਾਂ ਮੈਂ ਕਿਹਾ ਜੀ ਮੈਨੂੰ ਤਾਂ ਅੰਗਜ਼ਾਬੀ ਵੀ ਆਉਂਦੀ ਹੈ ਅੱਛਾ ਕਹਿੰਦਾ ਅੰਗਜ਼ਾਬੀ ਕੀ ਹੁੰਦੀ ਹੈ ਮੈਂ ਕਿਹਾ ਜੀ ਅੱਧੀ ਅੰਗਰੇਜ਼ੀ ਅੱਧੀ ਪੰਜਾਬੀ ਕਹਿੰਦੇ ਵਟ ዱ ਯੂ ਮੀਨ ਮੈਂ ਕਿਹਾ ਜੀ ਮੈਂ ਮੰਜੇ ਨੂੰ ਬੈੱਡ ਕਹੂੰ ਧਾਗੇ ਨੂੰ ਥ੍ਰੈਡ ਕਹੂੰ ਸਿੱਕੇ ਨੂੰ ਲੈਡ ਕਹੂੰ ਲਾਲ ਨੂੰ ਰੈੱਡ ਕਹੂੰ ਗੁਸਲਖਾਨੇ ਤੇ ਵਾਸ਼ਰੂਮ ਦੇ ਟੱਬ 'ਚ ਪਿਆ ਕੇ ਨਾਵਾਂਗੇ ਅੰਗਰੇਜ਼ੀ ਤੁਹਾਡੀ ਸਿੱਖ ਕੇ ਹੁਣ ਆਪਣੇ ਘਰੇ ਵਸਾਵਾਂਗੇ ਜੇ ਕਹੋਗੇ ਤਾਂ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ ਜੀ 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 ਮੈਂ ਕਿਹਾ ਗੋਰਾ ਜੀ ਮੈਂ ਰੋਡ ਕਹੂੰਗਾ ਸੜਕਾਂ ਨੂੰ ਲਵਲੀ ਆਖੂ ਮੇਮ ਦੀਆਂ ਮੜਕਾਂ ਨੂੰ ਤੇ ਫਾਈਟ ਕਹੂੰਗਾ ਝੜਪਾਂ ਨੂੰ ਜਿੱਦ ਤਨ ਔਖੇ ਕਹਾਂਗੇ ਸ਼ਟ ਅਪ ਕਰਕੇ ਚੁੱਪ ਕਰਾਵਾਂਗੇ ਅੰਗਰੇਜ਼ੀ ਤੁਹਾਡੀ ਸਿੱਖ ਕੇ ਹੁਣ ਆਪਣੇ ਘਰੇ ਵਸਾਵਾਂਗੇ ਜੇ ਕਹੋਗੇ ਤਾਂ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ ਤੇ ਬਲਕੋਰ ਵਾਲਿਓ ਤੁਹਾਨੂੰ ਨਰਾਸ਼ ਨਹੀਂ ਕਰਨਾ ਲਾਸਟ ਵਿੱਚ ਕੀ ਕਿਹਾ ਮੈਂ ਕਿਹਾ ਗੋਰਾ ਜੀ ਮੈਂ ਸਮੋਕ ਕਹੂੰਗਾ ਸੁੱਟੇ ਨੂੰ ਸਵਿੰਗ ਪਿੰਗ ਦੇ ਝ ਤੇ ਪਲਾਟ ਕਰਾਂਗਾ ਬੂਟੇ ਨੂੰ ਮੈਂ ਪਲਾਟ ਕਰਾਂਗਾ ਬੂਟੇ ਨੂੰ ਸਵਿੰਗ ਪਿੰਗ ਦੇ ਝੁੱਟੇ ਨੂੰ ਤੇ ਸਮੋਕਾਂਗਾ ਝੁੱਟੇ ਨੂੰ ਜਿੱਦਣ ਹੋਗਾ ਰੇਨੀ ਜਿਵੇਂ ਕੱਲ ਸੀ ਉਹ ਦਿਨ ਇੰਡੋਰ ਪੈਗ ਲਗਾਵਾਂਗੇ ਅੰਗਰੇਜ਼ੀ ਤੁਹਾਡੀ ਸਿੱਖੇ ਹੁਣ ਆਪਣੇ ਘਰੇ ਵਸਾਵਾਂਗੇ ਜੇ ਕਿਉਂਕਿ ਤੇ ਕਰੇ ਪੰਜਾਬੀ ਤੁਹਾਨੂੰ ਇਸ ਖਵਾਗੇ ਉਹ ਮੈਨੂੰ ਸਿਟੀ ਜੀ ਆਪਣਾ ਸ਼ਹਿਰੀ ਜੀ ਕਹਿੰਦਾ ਤੇ ਨੌਕਰੀ ਪੱਕੀ ਕੰਮ ਹੀ ਕਰ ਲਊਗਾ ਮੈਂ ਕਹਾਂ ਜੀ ਜੋ ਮਰਜ਼ੀ ਕੰਮ ਕਰਾ ਲਓ ਹਾਂ ਕਹਿੰਦਾ ਮੇਰਾ ਨਾ ਬਰਮਿੰਗਮ ਤੇ ਬਾਰ ਬਾਰ ਗਾਈਆਂ ਦਾ ਵਾੜਾ ਤੁੱਟਾਰਾ ਘੜਿਆ ਕਰਨੀਆਂ ਮੈਂ ਕਹਾਂ ਜੀ ਇਹ ਕੰਮ ਆ ਕੋਈ ਕੀ ਜਿਹੜੇ ਪੜੇ ਬੰਦੇ ਆ ਲਓ ਜੀ ਆਪਾਂ ਉੱਥੇ ਸ਼ਹਿਰੀ ਜੀ ਧਾਰਾ ਕੱਢਣ ਲੱਗੇ ਇੱਕ ਦਿਨ ਭੁੱਲ ਭੁਲੇਖੇ ਉੱਥੇ ਮੱਝ ਆ ਗਈ ਹੂੰ ਹੂੰ ਫਾੜੇ 'ਚ ਉਧਰੋਂ ਗੋਰੀ ਦੀ ਘਰ ਵਾਲੀ ਮੇਮ ਆ ਗਈ ਉਹਨੇ ਕਿਹਾ ਮਿਸਟਰ ਸ਼ਰਮਾ ਵਾਟ ਇਜ਼ ਦਿਸ ਮੈਂ ਕਿਹਾ ਮੇਮ ਸਾਹਿਬ ਜੀ ਦਿਸ ਇਜ਼ ਮੱਝ ਕਹਿੰਦੀ ਮੱਝ ਕਿਹਿਆ ਹੁੰਦਾ ਹੈ ਮੈਂ ਕਿਹਾ ਮੱਝ ਹੁੰਦਾ ਹੈ ਨਹੀਂ ਮੱਝ ਹੁੰਦੀ ਹੈ ਕਹਿੰਦੀ ਇਹ ਕੀ ਹੁੰਦੀ ਹੈ ਮੈਂ ਕਿਹਾ ਮੇਮ ਸਾਹਿਬ ਜੀ ਜਿਵੇਂ ਤੁਸੀਂ ਮਿਸਟਰ ਪੋਟੇ ਦੀ ਮੇਮ ਆ ਕਹਿੰਦੀ ਆਹੋ ਮੈਂ ਕਿਹਾ ਛੋਟੇ ਦੀ ਮੇਮ ਕਹਿੰਦੀ ਸ਼ਟ ਅਪ ਉਹਦਾ ਘਰ ਵਾਲਾ ਮੈਨੂੰ ਨੌਕਰੀ ਕੱਢਣ ਲੱਗਾ ਮੈਂ ਗੋਡੇ ਫੜ ਲਏ ਮੈਂ ਕਿਹਾ ਪੁੱਟੇ ਜੀ ਪਲੀਜ਼ ਮੈਨੂੰ ਨੌਕਰੀ ਨਾ ਕਢੋ ਕਹਿੰਦਾ ਓਕੇ ਇੱਕ ਮੈਂ ਕੁਐਸਚਨ ਪੁੱਛੂੰਗਾ ਜੇ ਸਹੀ ਆਨਸਰ ਦਿੱਤਾ ਨਾ ਆਈ ਰੇਟੇਨ ਯੂ ਮੈਂ ਕਿਹਾ ਪੁੱਛੋ ਕਹਿੰਦਾ ਟੂ ਲਵ ਯੂਰ ਵਾਈਫ ਇਜ਼ ਅ ਡਿਊਟੀ অর ਅ ਪਲੇਅਰ ਆਫ ਅ ਮੈਨ ਮੈਂ ਕਿਹਾ ਜੀ ਪੰਜਾਬੀ ਸਮਝਾਓ ਕਹਿੰਦਾ ਮੈਂ ਆਪਣੀ ਵਾਈਫ ਨੂੰ ਆਪਣੀ ਮੇਮ ਨੂੰ ਪਿਆਰ ਕਰਦਾ ਹਾਂ ਇਹ ਖੁਸ਼ੀ ਨਾਲ ਕਰਦਾ ਕਿ ਡਿਊਟੀ ਸਮਝ ਕਰਦਾ ਮੈਂ ਕਿਹਾ ਦੁਰਫੇਟ ਮੁੱਤਰਾ ਯਾਰ ਤੂੰ ਆਪਣੀ ਵਾਈਫ ਨੂੰ 100% ਦੀ ਪਿਆਰ ਖੁਸ਼ੀ ਨਾਲ ਕਰਦਾ ਕਹਿੰਦਾ ਡਿਊਟੀ ਕਿਉਂ ਨਹੀਂ ਮੇਰੇ ਕੋ ਡਿਊਟੀ ਹੋਵੇ ਮਿਲਣੇ ਭੇਜ ਦੇਵੇ ਚਾਹ ਬਈ ਸੋ ਇਦਾਂ ਹੀ ਫਨ ਚੱਲਦੇ ਰਹਿੰਦੇ ਜੀ ਵਾਓ ਆ ਚੀਜ਼ਾਂ ਜਿਹੜੀਆਂ ਤੁਹਾਡੀਆਂ ਇਹ ਬਸ ਮਤਲਬ ਜਦੋਂ ਇਹ ਗਿਆ ਗਿਆ ਸੀ ਨਾ ਵੀ ਬਾਲਮੁਕੰਦ ਸ਼ਰਮਾ ਜੀ ਆਏ ਅਸੀਂ ਕਹ ਬਾਲਮੁਕੰਦ ਸ਼ਰਮਾ ਜੀ ਆਏ ਸਾਡੇ ਸਟੂਡੀਓ ਦੇ ਵਿੱਚ ਨਾ ਇਹ ਤਾਂ ਸਾਨੂੰ ਕਿਤੇ ਵੀ ਸਰੀ ਚ ਲੱਭ ਕੇ ਉਹਨਾਂ ਨੂੰ ਲਿਆਉਣਾ ਪਵੇ ਜਾਂ ਜਾਣਾ ਪਵੇ ਅਸੀਂ ਜ਼ਰੂਰ ਮਿਲਣਾ ਕਿਉਂਕਿ ਇਹ ਮਿਸਿੰਗ ਹੈ ਚੀਜ਼ਾਂ ਇਹ ਬਹੁਤ ਖੂਬਸੂਰਤ ਹੈ ਔਰ ਅਸੀਂ ਵਾਕਈ ਭਾਲਦੇ ਰਹਨੇ ਆ ਉਹ ਵਾਲੀ ਚੀਜ਼ ਨਾ ਸ਼ਰਮਾ ਜੀ ਸਰੀ ਦੇ ਵਿੱਚ ਆਏ ਹੋਏ ਹੋ ਸਰੀ ਵਾਸੀ ਵੈਂਕੂਵਰ ਵਾਸੀ ਐ ਇਸ ਵੇਲੇ ਤੁਹਾਡੀ ਜੋੜੀ ਨੂੰ ਤੁਹਾਡੇ ਸਾਰੇ ਜਿਹੜੇ ਗਰੁੱਪ ਹੈ ਦੇਖਣ ਲਈ ਉਹਨਾਂ ਨੂੰ ਬਹੁਤ ਦੇ ਸਭਰੀ ਨਾ ਇੰਤਜ਼ਾਰ ਕਰ ਰਹੇ ਨੇ ਕਿ ਆਖੀਰ ਦੇ ਵਿੱਚ ਉਹਨਾਂ ਨੂੰ ਕਹਿਣਾ ਚਾਹੂਗੇ ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾ ਸ਼ਰੀਰੀ ਪੰਜਾਬੀ ਚੈਨਲ ਪੰਜਾਬੀ ਤੁਹਾਡੇ ਮਾਰਨਿੰਗ ਸ਼ੋਅ ਜ਼ਰੀਏ ਮੈਂ ਸਰੀ ਵਿੱਚ ਵੈਨਕੂਵਰ ਚ ਬਲਕਿ ਸ तमाम ਕੈਨੇਡਾ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਜੋ ਤੁਸੀਂ ਪਿਆਰ ਸਾਨੂੰ ਜਸਵਿੰਦਰ ਪੱਲਾ ਜੀ ਨੂੰ ਬੀਨੂ ਢਿੱਲੋਂ ਜੀ ਨੂੰ ਮੈਨੂੰ ਦਿੰਦੇ ਆਏ ਆ ਸਾਡੀ ਪੂਰੀ ਟੀਮ ਜਿਹੜੀ ਆ ਉਹ ਬੜੀ ਸੈਂਸੈਰਿਟੀ ਦੇ ਨਾਲ ਪੂਰੀ ਤਿਆਰੀ ਨਾਲ ਇਹ ਜਿਹੜਾ ਕਮੇਟੀ ਸ਼ੋਅ ਸੰਦੀਪ ਭੱਟੀ ਜੀ ਕਰਵਾ ਰਿਹਾ ਇੱਥੇ ਸੁਖ ਬਰਾੜ ਜੀ ਕਰਵਾ ਰਿਹਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਅਸੀਂ ਪੰਜਾਬੀ ਕਮੇਟੀ ਦੀ ਜਿਹੜੀ ਥੀਏਟਰ ਵਾਲਾ ਰੂਪ ਜਿਵੇਂ ਸ਼ੈਰੀ ਜੀ ਬਾਰ-ਬਾਰ ਕਹਿੰਦੇ ਆ ਉਸ ਰੂਪ ਵਿੱਚ ਕਿਉਂਕਿ ਸਿੰਗਿੰਗ ਸ਼ੋ ਵੀ ਬਹੁਤ ਆ ਰਹੇ ਆ ਤੇ ਕਮੇਡੀ ਸ਼ੋ ਵੀ ਬਹੁਤ ਆ ਰਹੇ ਆ ਪਰ ਇਸ ਕਮੇਡੀ ਵਿੱਚ ਮੈਨੂੰ ਲੱਗਦਾ ਕਿ ਤੁਸੀਂ ਜਿਵੇਂ ਨੋਟੀ ਬੱਬਾ ਐਂਡ ਟਾਊਨ ਨੂੰ ਬਹੁਤ ਪਿਆਰ ਦਿੱਤਾ ਸੀ ਰਿਪੀਟ ਰਿਪੀਟ ਸ਼ੋ ਕਰਾਇਆ ਸੀਗੇ ਇਸੇ ਤਰ੍ਹਾਂ ਕਿਉਂਕਿ ਇਸ ਸ਼ੋ ਦੇ ਵਿੱਚ ਵੀ ਮੈਂ ਥੋੜਾ ਦੱਸ ਦਵਾਂ ਕਿ ਜਿੱਥੇ ਸਮਾਜਿਕ ਗੱਲਾਂ ਹੈਗੀਆਂ ਉਹਦੇ ਨਾਲ ਨਾਲ ਜੋ ਲੋਕਾਂ ਨੂੰ ਉਮੀਦਾਂ ਹੈਗੀਆਂ ਪੋਲੀਟੀਕਲ ਪੋਲੀਟੀਕਲ ਉਹ ਵੀ ਹੋਏਗੀ ਤੇ ਪੋਲੀਟਿਕਸ ਦੇ ਵਿੱਚ ਜੋ ਵੀ ਤੁਹਾਡੇ ਮਨਪਸੰਦਾ ਦੇ ਕੈਰੈਕਟਰ ਹੈਗੇ ਆ ਉਹ ਸਾਡੇ ਵੱਡੇ ਆਰਟਿਸਟ ਜਿਹੜਾ ਉਹ ਪੇਸ਼ ਕਰਨਗੇ ਤੇ ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਵਾ ਉਹ 2 2.5 ਘੰਟੇ ਦੇ ਸ਼ੋਅ ਵਿੱਚ ਨਾ ਆਪਣਾ ਢਿੱਡ ਫੜ ਕੇ ਬਿਠੇ ਰਹੋਗੇ ਸੋ ਢਿੱਡੀ ਪੀੜਾ ਪਾਉਣ ਆ ਰਹੇ ਆ ਕਦੇ ਕਦੇ ਹਸਣਾ ਜ਼ਰੂਰ ਚਾਹੀਦਾ ਸ਼ੋਅ ਜਸਵਿੰਦਰ ਭੱਲਾ ਬੀਨੂ ਢਿੱਲੋਂ ਜੀ ਪੂਰੀ ਟੀਮ ਜਿਹੜੀ ਆ ਉਹ 5 ਅਗਸਤ ਤੋਂ 5 ਨਵੰਬਰ ਤੱਕ ਟ੍ਰਾਂਟੋ ਤੋਂ ਸ਼ੁਰੂ ਕਰਕੇ ਤੁਹਾਡੇ ਸ਼ਹਿਰ ਵੈਨਕੂਵਰ ਚ ਸਵਾਗਤ ਕਰਾਂਗੇ ਸੋ ਹਮ ਮਾ ਕੇ ਪੰਜਾਬੀਓ ਸਾਨੂੰ ਪਹਿਲਾਂ ਵਾਂਗੂ ਪਿਆਰ ਦਿਓ ਤਾਂ ਕਿ ਆਪਾਂ ਨਿਰਾਸ਼ ਨਾ ਕਰੀਏ ਤੇ ਹੱਸਦੇ ਵਸਦੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਸ਼ਮਾ ਜੀ ਥੈਂਕ ਯੂ so much ਜੀ ਸਟੂਡੀਓ ਦੇ ਵਿੱਚ ਆਏ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਬਹੁਤ ਸਾਰੇ ਜਿਹੜੇ ਨੇ ਕਹਿੰਦੇ ਨਾ ਕਿ ਖੂਬਸੂਰਤ ਉਹ ਜਿਹੜੀ ਕਾਮੇਡੀ ਉਹ ਵੀ ਸਾਡੇ ਮੂਰੇ ਪੇਸ਼ ਕੀਤੀ ਥੈਂਕ ਯੂ so much ਤੁਹਾਡੇ ਵਰਗੀ ਖੂਬਸੂਰਤ ਕਮੇਡੀ ਅਸੀਂ ਸ਼ੈਰੀ ਜੀ ਕੋਸ਼ਿਸ਼ ਕਰਾਂਗੇ ਕਿਉਂਕਿ ਸ਼ੈਰੀ ਜੀ ਜਦੋਂ ਮੈਨੂੰ ਪਤਾ ਲੱਗਾ ਜੱਗਬਾਣੀ ਜੀ ਉਹਨੇ ਕੰਮ ਕੀਤਾ ਹੋਇਆ ਤਿੰਨ ਦੇ ਪੁਰਾਣੇ ਐਕਸਪੀਰੀਅੰਸ ਜੀ ਦੇ ਜਿਹੜਾ ਪੰਜਾਬ ਦੇ ਹੈਗੇ ਆ ਉਹ ਇੱਥੇ ਆ ਕੇ ਕੈਨੇਡਾ ਵਿੱਚ ਵੀ ਆ ਕੇ ਇਹ ਮਹਿਕ ਜਿਹੜੀ ਆ ਉਹ ਬਖੇਰ ਰਹੇ ਆ ਤਾਂ ਸ਼ੈਰੀ ਜੀ ਮੈਂ ਚੈਨਲ ਪੰਜਾਬੀ ਦਾ ਤੁਹਾਡਾ ਮਾਰਨਿੰਗ ਸ਼ੋਅ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਲੱਖਾਂ ਪੰਜਾਬੀਆਂ ਦੇ ਮੇਰੇ ਰੂਬਰੂ ਹੁੰਦਾ ਮੌਕਾ ਤਾ ਪ੍ਰਮਾਤਮਾ ਛੱਡੀ ਘੜੇ ਰੱਖੇ ਤੁਹਾਨੂੰ ਵੀ ਚੈਨਲ ਨੂੰ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਾ ਜੀ ਸੋ ਇਹ ਇਹ ਉਹ ਟੀਮ ਜਿਹੜੀ ਸਾਡੀ ਸਾਰਿਆਂ ਦੀ 올 ਟਾਈਮ ਫੇਵਰਟ ਰਹੀ ਹੈ ਹੁਣ ਬਸ ਜ਼ਿਆਦਾ ਆਪਾਂ ਗੱਲਾਂ ਨਾ ਮਾਰੀਏ ਤੇ ਹੁਣ ਖਿੱਚੀਏ ਤਿਆਰੀ ਕਿਉਂਕਿ ਇਹ ਟੀਮ ਦੇ ਮੁਖਾਤਬ ਹੋਣ ਇਹਨਾਂ ਦੇ ਹਾਸੇ ਸੋਨਾਂ ਲਈ ਸਾਨੂੰ ਜ਼ਰੂਰ ਜਾਣਾ ਪੈਣਾ ਹਸਣ ਦਾ ਮੌਕਾ ਜਦੋਂ ਵੀ ਮਿਲੇ ਨਾ ਜ਼ਿੰਦਗੀ ਚ ਕਦੀ ਨਹੀਂ ਛੱਡਣਾ ਚਾਹੀਦਾ ਔਰ ਇਹ ਟੀਮ ਤਾਂ ਵੈਸੇ ਸ਼ੁਰੂ ਤੋਂ ਇਹੀ ਸੁਨੇਹਾ ਦਿੰਦੀ ਆਈ ਜੋ ਮਿਲਾਂਗੇ ਫਿਰ ਤੋਂ ਤੇ ਪੁਰਾਣੇ ਜਿਹੜੇ ਸਾਡੇ ਉਹ ਕੈਰੈਕਟਰ ਜਿਹੜੇ ਉਹ ਬੋਲ ਜਿਹੜੇ ਸੀਗੇ ਕਾਮੇਡੀ ਦੇ ਤੰਜ ਚਾਹੇ ਉਹ politcal level ਦੇ ਹੋਣ ਜਾਂ ਕਿਸੇ ਵੀ level ਦੇ ਉਹ ਜ਼ਰੂਰ ਸੁਣਾਗੇ ਸੋ ਇਜਾਜ਼ਤ ਦਿਓ ਜੀ ਕੱਲ ਫਿਰ ਮਿਲਦੇ ਆਂ ਦਾ ਮਾਰਨਿੰਗ ਸ਼ੋ ਦੇ ਵਿੱਚ ਤੇ ਖਿੱਚੋ ਹੁਣ ਇਸ ਕਾਮੇਡੀ ਸ਼ੋ ਨੂੰ ਦੇਖਣ ਦੀ ਤਿਆਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ